ਹਾਂਜੀ ਸਤਿ ਸ਼੍ਰੀ ਅਕਾਲ ਬੱਚੋ ਸਤਿ ਸ਼੍ਰੀ ਅਕਾਲ ਆਡੀਓ ਵੀਡੀਓ ਕਲੀਅਰ ਹੈ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਕੀ ਹਾਲ ਚਾਲ ਨੇ ਗੁੱਡ ਈਵਨਿੰਗ ਬੱਚੋ ਗੁੱਡ ਈਵਨਿੰਗ ਸਤਿ ਸ਼੍ਰੀ ਅਕਾਲ ਸਭ ਨੂੰ ਹਾਂਜੀ ਇਜ਼ ਆਡੀਓ ਵੀਡੀਓ ਇਜ਼ ਓਕੇ हाँ जी सात श्रीकाल जी सात श्रीकाल की हाल चाल ने हर हर महादेव है ना जय जनिंदर बच्चों जय जनिंदर गुड इवनिंग जी गुड इवनिंग बच्चों गुड इवनिंग आपने मेरा काम नहीं किया मैं बोलूँगी नहीं किसी को आ, बच्चे आ, काजल जी एक्चुअली मैं ऑफिस ही लेट आया बच्चों ऑफिस लेट आया ਤੇ ਜਦੋਂ ਮੈਂ ਆਫਿਸ ਆਇਆ ਨਾ ਤਾਂ ਕਰਕੇ ਕੀ ਹੈ ਕਿ ਉਸ ਟਾਈਮ ਇੰਨਾ ਬੀਜ਼ੀ ਸੀ ਟਾਈਮ ਨਹੀਂ ਲੱਗਿਆ ਕੱਲੂ ਕਰਵਾਨਾ ਕੱਲੂ ਪੱਕਾ ਕਾਜਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੱਚੋ ਸਤਿ ਸ੍ਰੀ ਅਕਾਲ ਗੁੱਡ ਇਵਨਿੰਗ ਜੀ ਗੁੱਡ ਇਵਨਿੰਗ ਜਲਦੀ ਜਲਦੀ ਸਾਰੇ ਲਾਈਵ ਆਜੋ ਜਲਦੀ ਜਲਦੀ ਸਾਰੇ ਲਾਈਵ ਆਜੋ ਹਾਂਜੀ ਚਲੋ ਇਕਵਲ ਸਵਾਗਤ ਹੈ ਤੁਹਾਡਾ ਪੰਜਾਬ 247 ਅਫੀਸ਼ੀਅਲ YouTube ਚੈਨਲ ਤੇ ਤੇ ਜਿਨ੍ਹਾਂ ਨੇ ਐਪ ਨਹੀਂ ਡਾਊਨਲੋਡ ਕੀਤੀ ਐਪ ਜ਼ਰੂਰ ਡਾਊਨਲੋਡ ਕਰਨਾ ਜਿੱਥੇ ਪ੍ਰੀਮੀਅਮ ਸਟੱਡੀ ਮਟੀਰੀਅਲ ਕਰੰਟ ਅਫੇਅਰ ਜੌਬ ਅਲਰਟਸ ਡੇਲੀ ਕੁਇਜ਼ ਸਬਜੈਕਟ ਵਾਈਜ਼ ਕੁਇਜ਼ ਮੈਗਜ਼ੀਨ ਪਾਵਰ ਕੈਪਸੂਲ एवरीथिंग ਮਿਲੇਗਾ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪੰਜਾਬ ਵਰਡ 247 ਅਫੀਸ਼ੀਅਲ YouTube ਚੈਨਲ ਬਿਲਕੁਲ ਸਬਸਕ੍ਰਾਈਬ ਕਰ ਲੋ ਤੇ ਕਲਾਸ ਨੂੰ ਸ਼ੇਅਰ ਜ਼ਰੂਰ ਕਰ ਦਿਓ ਹਾਂਜੀ ਬੱਚੋ ਕਲਾਸ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਿਨ੍ਹਾਂ ਨੇ ਹਾਲ ਤੱਕ ਕਲਾਸ ਸ਼ੇਅਰ ਨਹੀਂ ਕੀਤੀ ਸ਼ੇਅਰ ਜ਼ਰੂਰ ਕਰ ਦਿਓ ਜੈਨ ਸਰ ਜਿੰਦਾਬਾਦ ਥੈਂਕ ਯੂ ਬੱਚੇ ਬਿਲਕੁਲ ਪਿਆਰੇ ਬੱਚੋ ਤਾਂ ਕਾਲੂ ਸ਼ਾਇਦ ਇੱਕ ਨਵੀਂ ਸੀਰੀਜ਼ ਸ਼ੁਰੂ ਹੋਣ ਵਾਲੀ ਹੈ ਮੇਰੇ ਅਕੋਰਡਿੰਗ ਤਾਂ ਸ਼ਾਇਦ ਕਲਾਸਿਸ ਦੁਬਾਰਾ ਸਾਰੀਆਂ ਰੀਸ਼ਡਿਊਲ ਹੋਣਗੀਆਂ ਹੈਨਾ ਰੀਸਟਾਰਟ ਹੋਣਗੀਆਂ ਕਲਾਸਿਸ ਇੱਕ ਨਵੀਂ ਸੀਰੀਜ਼ ਸਟਾਰਟ ਕਰਾਂਗੇ ਬਿਲਕੁਲ ਜੈ ਜੈਨ ਸਰ ਜਿੰਦਾਬਾਦ ਥੈਂਕ ਯੂ ਬੱਚੋ ਰਾਮ ਰਾਮ ਜੀ ਤਾਂ ਬੱਚੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਬੈਲ ਆਈਕਨ ਜਰੂਰ ਦਬਾ ਦਿਓ ਤੇ ਕਲਾਸ ਨੂੰ ਸ਼ੇਅਰ ਜਰੂਰ ਕਰ ਦਿਓ ਲਾਈਕ ਤੇ ਸ਼ੇਅਰ ਜਰੂਰ ਕਲਾਸ ਨੂੰ ਕਰ ਦਿਓ ਤੇ ਆ ਆ ਗਿਆ ਬੱਚੋ ਪਹਿਲਾ ਕੁਐਸਚਨ ਪਹਿਲਾ ਕੁਐਸਚਨ ਕਹਿੰਦਾ ਡੈਸ਼ ਇਸ ਯੂਜ਼ ਟੂ ਕਨੈਕਟ ਆਡੀਓ ਵੀਡੀਓ ਮਲਟੀਮੀਡੀਆ ਡਿਵਾਈਸ ਲਾਈਕ ਵੀਡੀਓ ਕੈਮਰਾ ਡੈਸ਼ ਦੀ ਵਰਤੋਂ ਆਡੀਓ ਵੀਡੀਓ ਤੇ ਮਲਟੀਮੀਡੀਆ ਡਿਵਾਈਸਿਸ ਜਿਵੇਂ ਕਿ ਵੀਡੀਓ ਕੈਮਰਾ ਨਾਲ ਜੁੜਨ ਲਈ ਕੀਤੀ ਜਾਂਦੀ ਹੈ ੱੱਕੇ ਪਏ ਆ ਜੀ ਬਸੰਤ ਕਰਕੇ ਅੱਛਾ ਜੀ ਅਨੇ ਪਤੰਗ ਉਡਾ ਲਈ ਅੱਜ ਸਰ ਜੋ ਆਪकी ਬੁੱਕ ਹੈ ਕੰਪਿਊਟਰ ਕੀ ਆਰ ਆਰ ਬੀ ਕਲਰਕ ਮੈਗਨਾ ਬੱਚੇ ਕਿਸੇ ਲਈ ਕਰ ਲੈ ਪ੍ਰਪੇਅਰ ਬੈਂਕ ਐਸ ਐਸ ਸੀ ਆਰ ਆਰ ਬੀ ਕਲਰਕ ਕਿਸੇ ਮਰਜ਼ੀ ਲਈ ਕਰ ਲੈ ਆਪਣੀ ਬੁੱਕ ਚੋਂ ਹੀ ਪੇਪਰ ਆਊਗਾ ਤੇ ਦੂਜੀ ਗੱਲ ਹੈ ਕਿ ਯੂ ਪੀ ਐਸ ਸੀ ਤੱਕ ਦਾ ਵੀ ਪੇਪਰ ਆਪਣੀ ਬੁੱਕ ਦੇ ਵਿੱਚੋਂ ਆਊਗਾ ਇਹ ਮੈਂ ਗਾਰੰਟੀ ਦੇਣ ਨੂੰ ਤਿਆਰ ਹਾਂ ਹਾਂਜੀ ਕੀ ਕਰਦੇ ਆ ਬੱਚੋ ਆਡੀਓ ਵੀਡੀਓ ਤੇ ਮਲਟੀਮੀਡੀਆ ਡਿਵਾਈਸਸ ਨੂੰ ਆਪਸ ਵਿੱਚ ਕਨੈਕਟ ਕਰਦੇ ਆ ਤਾਂ ਆਪਾਂ ਕਿਸ ਚੀਜ਼ ਦੀ ਵਰਤੋਂ ਕਰਦੇ ਆ ਪਰੇ ਬੱਚੋ ਫਾਇਰਵਾਇਰ ਐਚਡੀਐਮਆਈ ਪੋਰਟ ਪੈਰਲਲ ਪੋਰਟ ਜਾਂ ਯੂਐਸਬੀ ਪੋਰਟ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੱਚੋ ਤਾਂ ਆਡੀਓ ਵੀਡੀਓ ਤੇ ਮਲਟੀਮੀਡੀਆ ਡਿਵਾਈਸਸ ਨੂੰ ਆਪਸ ਵਿੱਚ ਕਨੈਕਟ ਕਰਨ ਤਾਂ ਕਿਹੜੀ ਪੋਰਟ ਦਾ ਯੂਜ਼ ਕਰਦੇ ਪੈ ਰਹੇ ਬੱਚੋ 뎃 ਇਜ਼ ਐਚ ਡੀ ਐਮ ਆਈ ਪੋਰਟ ਐਚ ਡੀ ਐਮ ਆਈ ਪੋਰਟ ਐਚ ਡੀ ਐਮ ਆਈ ਦੀ ਫੁੱਲ ਫਾਰਮ ਕੀ ਹੁੰਦੀ ਹੈ ਪੈ ਰਹੇ ਬੱਚੋ ਜੇ ਮੈਂ ਪਾ ਵੀਡੀਓ ਕੈਮਰਾ ਨਹੀਂ ਕਨੈਕਟ ਕਰ ਦਿੰਦੇ ਕੈਮਰਾ ਕਨੈਕਟ ਕਰਨਾ ਕੋਈ ਆਡੀਓ ਡਿਵਾਈਸ ਕਨੈਕਟ ਕਰਨਾ ਤਾਂ ਐਚ ਡੀ ਐਮ ਆਈ ਪੋਰਟ ਦਾ ਯੂਜ਼ ਕਰਦੇ ਆ ਐਚ ਡੀ ਐਮ ਆਈ ਦੀ ਫੁੱਲ ਫਾਰਮ ਪੇਪਰ ਦੇ ਵਿੱਚ ਬਹੁਤ ਵਾਰ ਪੁੱਛੀ ਜਾਂਦੀ ਹੈ ਐਚ ਡੀ ਐਮ ਆਈ ਸਟੈਂਡ ਫੋਰ ਐਚ ਡੀ ਐਮ ਆਈ ਕੀ ਹ ਮਲਟੀਮੀਡੀਆ ਇੰਟਰਫੇਸ ਹਾਈ ਡੈਫੀਨੇਸ਼ਨ ਮਲਟੀਮੀਡੀਆ ਇੰਟਰਫੇਸ ਤੇ ਡੀਵੀਡੀ ਦੀ ਪੇਪਰ ਚ ਜਰੂਰ ਫੁੱਲ ਫਾਰਮ ਆਂਦੀ ਹੈ ਡੀਵੀਡੀ ਡੀਵੀਡੀ ਸਟੈਂਡ ਫਾਰ ਹਾਂਜੀ ਡੀਵੀਡੀ ਦੀ ਫੁੱਲ ਫਾਰਮ ਪੇਪਰ ਚ ਜਰੂਰ ਆਂਦੀ ਹੈ ਇਹਦੀ ਹੁੰਦੀ ਹੈ ਹਾਈ ਡੈਫੀਨੇਸ਼ਨ ਮਲਟੀਮੀਡੀਆ ਇੰਟਰਫੇਸ ਤੇ ਡੀਵੀਡੀ ਦੀ ਬੱਚੋ ਫੁੱਲ ਫਾਰਮ ਕੀ ਹੁੰਦੀ ਹੈ ਡੀਵੀਡੀ ਹਾਂਜੀ ਡੀਵੀਡੀ ਦੀ ਫੁੱਲ ਫਾਰਮ ਜਰੂਰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ ਮੈਨੂੰ ਡੀਵੀਡੀ हां जी सत श्री अकाल बच्चों सत श्री अकाल डीवीडी ਹੁੰਦੀ ਹੈ दैट इज ए डिजिटल वर्सटाइल ਡਿਸਕ ਕੀ ਹੁੰਦੀ ਹੈ ਡੀਵੀਡੀ ਡਿਜੀਟਲ ਵਰਸਟਾਈਲ ਡਿਸਕ ਹੈ ਨਾ ਤਾਂ ਡੀਵੀਡੀ ਦੀ ਫੁੱਲ ਫਾਰਮ ਜ਼ਰੂਰ ਪੇਪਰ ਚ ਆਉਂਦੀ ਹੈ ਬੱਚੇ ਦੱਸ ਦੇ ਨਹੀਂ ਹੈਗੇ ਫੁੱਲ ਫਾਰਮ ਆਪਸ਼ਨ ਚ ਆਪਸ਼ਨ ਦੇਖ ਕੇ ਤੁਸੀਂ ਕਾਪੀ ਪੇਸਟ ਕਰ ਦਿਨੇ ਯਾਰ ਜਦੋਂ ਮੈਂ ਪੁੱਛਦਾ ਉਹਨਾਂ ਤੋਂ ਜ਼ਰੂਰ ਦੱਸਿਆ ਕਰੋ ਫੁੱਲ ਫਾਰਮ ਵਗੈਰਾ ਹੈ ਨਾ ਸਰ ਜੀ ਲੇਬਰ ਇਨਸਪੈਕਟਰ ਦੀ ਵੈਕੈਂਸੀ ਆ ਗਈਆਂ ਜੀ ਅੱਜ ਜੀ ਬਿਲਕੁਲ ਜੀ ਲੇਬਰ ਇਨਸਪੈਕਟਰ ਦੀਆਂ ਆ ਗਿਆ ਲੱਗੋਗੇ ਇਨਸਪੈਕਟਰ ਕਿਹੜਾ ਕਿਹੜਾ ਬੱਚਾ ਲੱਗੂਗਾ ਕਿ ਸਰ ਇਨਸਪੈਕਟਰ ਲੱਗਣਾ ਹੈ ਮੈਨੇ ਹਾਂ ਜੀ ਦਾ ਡੈਸ਼ ਇੰਡੀਕੇਟਸ ਹਾਊ ਮਚ ਡਾਟਾ ਅ ਪਰਟੀਕੂਲਰ ਸਟੋਰੇਜਡ ਮੀਡੀਅਮ ਕੈਨ ਹੋਲਡ ਡੈਸ਼ ਦਰਸਾਉਂਦਾ ਹੈ ਕਿ ਇੱਕ ਖਾਸ ਸਟੋਰੇਜ ਮਾਧਿਅਮ ਕਿੰਨਾ ਡਾਟਾ ਰੱਖ ਸਕਦਾ ਹੈ ਬਿਲਕੁਲ ਕੋਨ ਦਰਸਾਉਂਦਾ ਬੱਚੋ ਜਿਹੜਾ ਇੱਕ ਸਟੋਰੇਜ ਮਾਧਿਅਮ ਕਿੰਨਾ ਡਾਟਾ ਰੱਖ ਸਕਦਾ ਹੈ ਸਟੋਰੇਜ ਅਸੈਸ ਕੈਪੈਸਿਟੀ ਮੈਮਰੀ ਜਾਂ ਨਨ ਆਫ ਥੀਸ हाँ जी द डैश इंडिकेट्स हाउ मच डाटा ए पर्टिकुलर स्टोरेज मीडियम कैन होल्ड की इंडीकेट कर है कि जोड़ा है एक अपना पर्टिकुलर स्टोरेज मीडियम डाटा होल्ड कर सकता है तो कौन इंडीकेट करता बचो दैट इज़ द कैपैसिटी की कौन करता बचो कैपैसिटी अच्छा डीवी डी की कपैसिटी कि पैरे बच्चो डीवीडी कपैसिटी कि डीवी डी कि डेटा होल्ड कर सकती है हाँ जी एक डीवीडी कि डेटा होल्ड कर सकती है हाउ मच डेटा कैन ਸਟੋਰ ਇਨ ਡੀਵੀਡੀ ਬਿਲਕੁਲ ਇੱਕ ਡੀਵੀਡੀ ਚ ਕਿੰਨਾ ਡਾਟਾ ਸਟੋਰ ਕਰ ਸਕਦੇ ਆ ਅੱਜ ਬੱਚੇ ਬਹੁਤ ਘੱਟ ਨੇ ਅੱਜ ਬੱਚੇ ਬਹੁਤ ਘੱਟ ਨੇ ਕੀ ਗੱਲ ਬਸੰਤ ਮਨਾ ਲਈ ਜਿਆਦਾ ਹੈ ਨਾ ਬਸੰਤ ਮਨਾ ਲਈ ਤੇ ਕੁਝ ਬੱਚੇ ਰਾਤ ਦਾ ਵੀ ਟਾਈਮ ਹੈ ਅੱਜ ਡੇ ਵੀ ਕਹਿੰਦੇ ਸਰ ਵੈਲੈਂਟਾਈਨ ਡੇ ਹੈ ਹੈ ਨਾ ਵੈਸੇ ਤਾਂ ਪੁਲਵਾਮਾ ਅਟੈਕ ਹੈ ਹੈ ਨਾ ਲੇਕਿਨ ਕਾਫੀ ਬੱਚੇ ਵੈਲੈਂਟਾਈਨ ਡੇ ਹੈ ਅੱਜ तो बच्चों की है ए पर्टिकुलर स्टोरेज मीडियम डीवीडी की कैपेसिटी कितनी है बिल्कुल डीवीडी कितना डाटा डेटा स्टोर कर है फोर पॉइंट सैवन जी बी कि डेटा स्टोर कर दी है दट इज़ फोर पॉइंट सैवन जी बी स्टोर कर दी है कर दी है ना चलो चलिए अगे देखो द कैपेसिटी इंडिकेट्स हाउ मच ये पर्टिकुलर स्टोरेज मीडियम कैन आ, होल्ड बिल्कुल एक डाटा किल्ड करती है है ना ਹਾਂਜੀ ਬਿਲਕੁਲ ਬੱਚੋ ਬਿਲਕੁਲ ਬਲਜੀਤ ਕਜਲਾ ਜੀ ਕਹਿੰਦੇ ਟਰੈਕ ਲੋਕੇਸ਼ਨ ਥੈਟ ਕਟਸ ਆਲ ਦਾ ਪੈਟਰਨਸ ਇਜ਼ ਕਾਲਡ ਕੀ ਕਹਿੰਦਾ ਪਿਆਰੇ ਬੱਚੋ ਇੱਕ ਟਰੈਕ ਟਿਕਾਣਾ ਜੋ ਸਾਰੀਆਂ ਪਲੇਟਰਾਂ ਨੂੰ ਕੱਟਦਾ ਹੈ ਤਾਂ ਉਹਨੂੰ ਕੀ ਕਿਹਾ ਜਾਂਦਾ ਹੈ ਇੱਕ ਟਰੈਕ ਟਿਕਾਣਾ ਜੋ ਸਾਰੀਆਂ ਪਲੇਟਾਂ ਨੂੰ ਕੱਟਦਾ ਹੈ ਉਹਨੂੰ ਕੀ ਕਿਹਾ ਜਾਂਦਾ ਹੈ ਅੱਜ ਤਾਂ ਮੈਂ 8 ਪਤੰਗ ਕੱਟੇ ਅੱਛਾ 8 ਪਤੰਗ ਕੱਟਦੇ ਹਾਂ ਬਿਲਕੁਲ ਮਾਂ ਸਰਸਵਤੀ ਦਾ ਦਿਨ ਹੈ ਵਿਦਿਆ ਦਾ ਵਿਦਿਆ ਦੀ ਦੇਵੀ ਮਾਂ ਸਰਸਵਤੀ ਹੈ ਨਾ ਬਿਲਕੁਲ ਤਾਂ ਉਹਨਾਂ ਕਰਕੇ ਤੁਸੀਂ ਆ ਅਸੀਂ ਆ ਹੈ ਨਾ ਤੁਸੀਂ ਅਸੀਂ ਵੀ ਇੱਕ ਉਹਨਾਂ ਦੀ ਉਸ ਮਾਤਾ ਦੀ ਕਿਰਪਾ ਹੈ ਕਿ ਅਸੀਂ ਤੁਹਾਨੂੰ ਕੀ ਹੈ ਟੀਚ ਕਰਦੇ ਹਾਂ ਪੜ੍ਹਾਉਂਦੇ ਹਾਂ ਉਸ ਨੇ ਗਿਆਨ ਦਿੱਤਾ ਹੋਇਆ ਗਿਆਨ ਅਸੀਂ ਵੰਡ ਦਿਆਂਗੇ ਹੈ ਨਾ ਬਿਲਕੁਲ ਸਾਰੀ ਉਹਨਾਂ ਦੀ ਕਿਰਪਾ ਹੈ तो बच्चों ट्रैक लोकेशन दैट कट्स अक्रोस ऑल हाँ द प्लैटर तो उन्हें की कहें पहले बच्चों दैट इज़ अ सिलेंडर कहा जाता है कि कहें दैट इज़ सिलंडर कहें बिल्कुल तो की कहें पहले बच्चो ईच प्लेटर हैज ए सेम नंबर ऑफ ट्रैक्स एंड ट्रैक्स लोकेशन कट अकरोस ऑल द प्लैटर इज कॉल्ड सिलंडर बिल्कुल उन्होंने की कहें प्यरे बच्चो सिलंडर सर थ्योरी के लिए कौन सी क्लास लगाई बच्चे पेड क्लासि होंदिया ने थ्योरी थ्योरी दया पेड क्लासिज होंदिया ने हां जी इन ईबीसीडीआईसी कोड मैक्सिमम पॉसिबल कैरेक्टर साइज इज ईबीसीडीआईसी कोड ਵਿੱਚ ਵੱਧ ਤੋਂ ਵੱਧ ਸੰਭਵ ਅੱਖਰਾਂ ਦਾ ਸੈੱਟ ਕੀ ਹੈ ਬਿਲਕੁਲ हां जी ईबीसीडीआईसी कोड ਵਿੱਚ मैक्सिमम पॉसिबल कैरेक्टर साइज ਕੀ ਹੈ ਬੱਚੋ तीन सौ छपंजा सात सौ छपंजा पौ छपंजा या दो सौ छपंजा ई बी सी डी आई सी दुल फॉर्म एक्सटेंडेड बाइनरी कोडड डैसीमल इंटरचेंज कोड ई बी सी डी आईसी की फुल फॉर्म है एक्सटेंड बाइनरी कोड डेसिमल इंटरचेंज कोड है ना दैट इज ई बी सी डी आई सी सर जी क्लास का पता नहीं चलता जी जी कि चलती है पंजाब अंडा ट्वेंटी फोर सैवन से चलती है बचो दैट इज़ द टू फिफ्टी सिक्स कि प्यारे बच्चो टू फिफ्टी सिक्स है जी मैक्सीम पोसीबल करैक्टर साइज है बच्चों दैट इज़ टू फिफ्टी सिक्स है बिल्कुल ई बी सी डी आईसी कोर्ड एट बी टू रिप्रजेंटे फोर टू दावर एट तू फिफ्टी डिफरेंट करैक्टर कैन बी रिप्रेजेंटेड बिल्कुल किन्ने बच्चों टू फिफ्टी सिक्स डिफरेंट करैक्टर रिप्रेजेंट कर दें बचो ई बी सी डी आई सी कोर्ड दौ सौ पचवंजा किसता होंगे सर जी दो सौ पचवंजा किस नहीं होंगे दो सौ पचवंजा तो अपना IP address unda IP address 255 tak नैक्सट बचो डी टी पी टूल फॉर ग्राफिक्स डिजाइनर एंड नॉन डिजाइनर टू क्रिएट ए विजुअल कम्युनिकेशन फॉर प्रोफेशनल बिल्कुल डी टी पी टूल की है एक ग्राफिक डिजाइनर एंड नॉन डिज़ाइनर है जो क्रिएट ए विजुअल कम्युनिकेशन फॉर प्रोफेशनल प्रोफेशनल एक विजुअल कम्युनिकेशन क्रिएट करता दिया वट डज़ डी टी पी स्टैंड फोर हाँ जी डी टी पी की फुल फॉर्म है पेरे बच्चो वट डज डी टी पी स्टैंड फोर डिवाइस ट्रांसफर प्रोटोकॉल डेस्कटॉप पब्लिशिंग डिवाइस ट्रांसफर प्रोग्राम्स या ऑल ऑफ दी अवब हाँ जी व्हाट डज डीटीपी स्टैंड फॉर डीटीपी हां जी डीटीपी स्टैनफोर्ड डीटीपी बिल्कुल डीटीपी ਕੀ ਹੁੰਦਾ ਪਰ ਬੱਚੋ ਥੈਟ ਇਜ਼ ਅ ਡੈਸਕਟਾਪ ਪਬਲਿਸ਼ਿੰਗ ਕੀ ਹੁੰਦਾ ਥੈਟ ਇਜ਼ ਅ ਡੈਸਕਟਾਪ ਪਬਲਿਸ਼ਿੰਗ ਡੀਟੀਪ ਸਰ ਅਟੀਟੀ ਕੋ ਕਿੰਨੇ ਦਿਨਾਂ ਦੀ ਕਲਾਸ ਨਹੀਂ ਲੱਗੀ ਨਹੀਂ ਬੱਚੋ ਰੋਜ਼ ਕਲਾਸ ਲੱਗਦੀ ਹੈ ਕੱਲਮ ਮੰਡੇ ਤੇ ਸੰਡੇ ਨਹੀਂ ਲੱਗੀ ਸੀ ਬਾਕੀ ਤਾਂ ਰੋਜ਼ ਕਲਾਸ ਲੱਗਦੀ ਹੈ हाँ जी तो तैयी डेस्कटॉप पब्लिशिंग इज़ द यूज़ ऑफ पर्सनल कंप्यूटर्स टू डिजाइन द बुक्स एंड बुकलेट्स दैट आर इंटेंडेड टू बी प्रिंट बाय इंकजेट और लेजर प्रिंटर बिल्कुल डी टी पी की है पब्लिशिंग ये जनरली अपना की है बुकलेट बुक्स वगैरह पब्लिश करने यूज़ कर हैं अपना कि डी टी पी द डेस्कटॉप पब्लिशिंग हां जी डिस्क क्लीनर हेल्प्स टू फ्री बिल्कुल डिस्क क्लीनर की फ्री ਕਰਨ ਦੀ ਹੈਲਪ ਕਰਦਾ ਹੈ डिस्क क्लीनर ਮੁਫਤ ਕਰਨ ਵਿੱਚ ਮਦਦ ਕਰਦਾ ਹੈ ਕੀ ਕਰਦਾ ਬੱਚੋ ਡਾਟਾ ਰੀਸਾਈਕਲ ਬਿਨ ਸਪੇਸਿਸ ਐਂਡ ਇਨਫੋਰਮੇਸ਼ਨ हां जी डिस्क क्लीनर ਕੀ ਰਿਮੂਵ ਕਰਦਾ ਬੱਚੋ डिस्क क्लीनर ਫੋਨ ਦੇ ਵਿੱਚ ਵੀ ਯੂਜ਼ ਕਰਦੇ ਨਾ ਤੁਸੀਂ ਕਲੀਨਰ ਫੋਨ ਦੇ ਵਿੱਚ ਵੀ ਕੋਈ ਕਲੀਨਰ ਯੂਜ਼ ਕਰਦੇ ਹੋ ਨਾ ਬੱਚੋ ਬਿਲਕੁਲ ਡਿਸਕਲੀਨਰ ਕੀ ਫ੍ਰੀ ਕਰਦੇ ਪਹਿਰੇ ਬੱਚੋ ਥੈਟ ਇਜ਼ ਸਪੇਸਿਸ ਨੂੰ ਰਿਮੂਵ ਕਰਦਾ ਜਿਹੜੀਆਂ ਐਕਸਟਰਾ ਸਪੇਸਿਸ ਹੁੰਦੀਆਂ ਨੇ ਤਾਂ ਉਹ ਰਿਮੂਵ ਕੀਤੀ ਜਾਂਦੀਆਂ ਨੇ ਕਿਹਦੇ ਨਾਲ ਡਿਸਕ ਕਲੀਨਰ ਨਾਲ हाँ जी डिस्क क्लीनर हेल्प्स टू फ्री द स्पेसेस सो दैट फ्री स्पेसिस कैन बी यूटिलाइज्ड टू स्टोर द अनदर फाइल्स एंड फोल्डर्स बिल्कुल अनदर फाइल्स एंड फोल्डर स्टोर करने हैं तो आप डिस्क क्लीनर का यूज़ करते हाँ साहब सर जी थोड़े ਕਲਾਸ ਦੇ ਕੁਐਸਚਨ ਜਮਨ TCS ਦੇ ਪੰਜਾਬ ਪੁਲਿਸ ਪੇਪਰ ਵਾਂਗ ਹੁੰਦੇ ਆ ਜੀ ਬਿਲਕੁਲ ਬੱਚੇ TCS ਆਪਣੇ ਪੇਪਰਾਂ ਦੀ ਪਾਉਂਦੀ ਹੈ TCS ਨਾਲ ਤਾਂ ਮੇਰੀ ਪੁਰਾਣੀ ਯਾਰੀ ਹੈ TCS ਨਾਲ ਤਾਂ ਲਾ ਲਓ ਕਿੰਨੇ ਸਾਲ ਦੀ ਯਾਰੀ ਹੈ ਆਪਣੀ 14 ਤੋਂ ਆਪਣੀ ਮੇਰੀ ਯਾਰੀ ਪਈ ਸੀ TCS ਨਾਲ 2014 ਦੇ ਵਿੱਚ 2014 ਤੋਂ ਅੱਜ ਕਿੰਨਾ ਹੋ ਗਿਆ 10 ਸਾਲ ਪੁਰਾਣੀ ਯਾਰੀ ਹੈ ਆਪਣੀ TCS ਨਾਲ स्टेप पेरे बच्चों अपने को वट टाइप ऑफ सॉफ्टवेयर क्रिएट ए स्मॉलर फाइल्स दैट इज़ द फास्ट ट्रांसफर ओवर द इंटरनेट कहने किस किस्म का सॉफ्टवेयर एक छोटी फाइल बना है जो इंटरनेट पे ट्रांसफर करने तेज है बिल्कुल वट टाइप ऑफ सॉफ्टवेयर क्रिएट एज समोलर फाइल्स बिल्कुल की करते पेरे बच्चों हां जी तो व्हाट टाइप ऑफ सॉफ्टवेयर क्रिएट्स स्मॉलर फाइल्स दैट इज फास्टर टू ट्रांसफर ओवर द इंटरनेट बिल्कुल ਤੁਸੀਂ ਇੰਟਰਨੈਟ ਤੇ ਡਾਟਾ ট্রান্সਫਰ ਕਰਦੇ ਹੋ ਨਾ ਤਾਂ ਇੰਟਰਨੈਟ ਤੇ ট্রান্সਫਰ ਕਰਦੇ ਹੋ ਤਾਂ ਕੀ ਦੀ ਚੀਜ਼ ਨਾਲ ਬੱਚੋ ਕੀ ਹੈ ਆਪਾਂ ਕੀ ਹੈ ਫਾਈਲ ਨੂੰ ਸਮਾਲ ਕਰ ਦਿੰਨੇ ਆ ਮਤਲਬ ਸਮਾਲਰ ਸਾਈਜ਼ ਕਿਉਂਕਿ ਫਾਈਲ ਸਮਾਲ ਹੋ ਜਾਂਦੀ ਹੈ ਤਾਂ ਇੰਟਰਨੈਟ ਤੇ ਜਲਦੀ ਡਾਟਾ ਸੈਂਡ ਹੋ ਜਾਂਦਾ ਹੈ ਸਾਨੂੰ ਪਤਾ ਹੈ WhatsApp ਤਾਂ ਹੀ ਕਾਮਯਾਬ ਹੋਇਆ ਹੈ WhatsApp ਤਾਂ ਹੀ ਕਾਮਯਾਬ ਹੋਇਆ ਕਿਉਂਕਿ ਪਹਿਲਾਂ ਫਾਈਲ ਸੈਂਡ ਕਰਨ ਨੂੰ ਫੋਟੋ ਸੈਂਡ ਕਰਨ ਨੂੰ ਟਾਈਮ ਲੱਗਦਾ ਸੀ ਇਹਨਾਂ ਪਤੰਦਰਾ ਨੇ ਨਾਲ ਦੀ ਨਾਲ ਟਿੱਕ ਜਾ ਜਾਂਦਾ ਸੀ ਫੋਟੋ ਸੈਂਡ ਹੋ ਜਾਂਦੀ ਸੀ ਹੈਨਾ ਟਾਈ ਬੱਚੋ ਕੀ ਹੈ WhatsApp ਕਾਮਯਾਬ ਹੋਇਆ ਹੈ ਕਿਉਂਕਿ WhatsApp ਕੀ ਕਰਦਾ ਹੈ ਕੰਪਰੈਸ ਕਰਕੇ ਇਮੇਜ ਸੈਂਡ ਕਰਦਾ ਹੈ ਕੀ ਹੈ ਕੰਪਰੈਸ ਕਰਕੇ ਇਮੇਜ ਸੈਂਡ ਕਰਦੇ ਆ ਹੈਨਾ WhatsApp ਤੇ ਤਾਂ ਜਿਹੜਾ ਕੰਪ੍ਰੈਸ਼ਨ ਹੈ ਬੱਚੋ ਕੰਪ੍ਰੈਸ਼ਨ ਹੈ ਤਾਂ ਇਹ ਕੀ ਚੀਜ਼ ਹੈ ਬੱਚੋ ਸਾਈਜ਼ ਰਿਡਿਊਸ ਕਰ ਦਿੰਦਾ ਹੈ ਇਹ ਕੀ ਕਰ ਦਿੰਦਾ ਪਹਿਰੇ ਬੱਚੋ ਇਟ ਰਿਡਿਊਸ ਦਾ ਸਾਈਜ਼ ਲੇਕਿਨ ਕੁਆਲਿਟੀ ਡੀਗ੍ਰੇਡ ਕਰ ਦਿੰਦਾ ਹੈ ਕੀ ਡੀਗ੍ਰੇਡ ਕਰ ਦਿੰਦਾ ਹੈ ਕੁਆਲਿਟੀ ਡੀਗ੍ਰੇਡ ਕਰ ਦਿੰਦਾ ਹੈ ਬਾਕੀ ਇਹਦਾ ਜਿਹੜਾ ਹੈਗਾ ਚੀਜ਼ਾਂ ਇਹਨਾਂ ਨੂੰ ਪਤਾ ਹੋਣੀ ਹੈ ਹੈਨਾ ਜਬ ਜ਼ਿਆਦਾ ਕਰਕੇ ਕੁੜੀਆਂ ਨੂੰ ਜ਼ਿਆਦਾ ਪਤਾ ਹੁੰਦੀਆਂ ਚੀਜ਼ਾਂ ਨਹੀਂ ਕਿਉਂਕਿ ਇਹ ਨਾ ਪਿਕਸਲ ਵੀ ਗਿਨ ਲੈਂਦੀ ਹੈ ਵੀ ਸਰ ਪੰਜ ਪਿਕਸਲ ਤਾਂ ਇੱਥੋਂ ਘਟਾ ਗਏ ਚਾਰ ਪਿਕਸਲ ਇੱਥੇ ਘਟ ਗਏ ਹੈਨਾ ਵੀ ਕੁਆਲਿਟੀ ਡੀਗ੍ਰੇਡ ਹੋ ਗਈ ਤਾਂ ਬੱਚੋ ਕੀ ਹੈ ਇਹ ਦੈਟ ਇਜ਼ ਅ ਕੰਪ੍ਰੈਸ਼ਨ ਟੈਕਨੀਕ ਯੂਜ਼ ਕਰਦਾ ਹੈ WhatsApp ਤਾਂ ਬਿਲਕੁਲ ਦਾ ਟਾਈਪ ਆਫ ਸੌਫਟਵੇਅਰ which makes a larger file into smaller files that is faster to transfer over the internet is the

हाँ जी टैक्स एडिटर की है प्यारे बच्चों एप्लीकेशन सॉफ्टवेयर है सिस्टम सॉफ्टवेयर है यूटिलिटी सॉफ्टवेयर है या ऑल परपज सॉफ्टवेयर है हाँ जी टैक्स एडिटर की है प्यारे बच्चों दैट इज़ एप्लीकेशन सॉफ्टवेयर है कि टैक्स एडिटर है जिम्मे अपना नोटपैड नोटपैड सुने है ਨੋਟਪੈਡ ਨੋਟਪੈਡ ਕੀ ਇੱਕ ਟੈਕਸਟ ਐਡੀਟਰ ਹੈ ਇਹ ਚ ਆਪਾਂ ਓਨਲੀ ਟੈਕਸਟ ਹੀ ਲਿਖਦੇ ਆ ਹੈਨਾ ਟੈਕਸਟ ਹੀ ਲਿਖਦੇ ਆ ਨੋਟਪੈਡ ਕੀ ਆਪਣੇ ਕੋਲੇ 댓 ਇਜ਼ ਇੱਕ ਟੈਕਸਟ ਐਡੀਟਰ ਹੈ ਬਿਲਕੁਲ ਟੈਕਸਟ ਐਡੀਟਰ ਇਜ਼ ਅ ਟੂਲ 댓 ਅਲਾوز ਯੂਜ਼ਰ ਟੂ ਕ੍ਰੀਏਟ ਐਂਡ ਰਿਵਾਈਜ਼ ਦਾ ਡਾਕੂਮੈਂਟਸ ਇਨ ਅ ਕੰਪਿਊਟਰ ਥਰੂ ਅ ਟੈਕਸਟ ਕੈਰੀਰ ਬਿਲਕੁਲ ਜਿਹੜੇ ਟੈਕਸਟ ਐਡੀਟਰ ਨਾਲ ਬੱਚੇ ਕੀ ਕਰਦੇ ਆ ਆ ਇੱਕ डॉक्यूमेंट क्रिएट करने कोई कर है, है? Is, uh, तो अपना जनरली टैक्स रीटर का यूज कर देने तो एक एप्लीकेशन सॉफ्टवेयर सॉफ्टवेयर है ये एप्लीकेशन सॉफ्टवेयर है हाँ जी दिलप्रीत कौर जी गुड ईवनिंग बच्चे गुड ईवनिंग द डैश डिस्क इनक्रिप्शन टेक्नोलॉजी वेयर डेटा इज इनक्रिप्टड बिफोर स्टोरेज डिस्क इनक्रिप्शन एक तकनीक है जिथे डे स्टोरेज तो ਪਹਿਲਾ ਡਾਟਾ ਨੂੰ ਐਨਕ੍ਰਿਪਟ ਕੀਤਾ ਜਾਂਦਾ ਹੈ ਬਿਲਕੁਲ ਡਿਸਕ ਇਨਕ੍ਰਿਪਸ਼ਨ ਕੀ ਦੀ ਤਕਨੀਕ ਹੈ ਬੱਚੋ ਜਿਹੜੀ ਕੀ ਕਰਦੀ ਹੈ ਡਾਟਾ ਨੂੰ ਇਨਕ੍ਰਿਪਟ ਕਰਦੀ ਹੈ ਬਿਫੋਰ ਸਟੋਰੇਜ ਤਾਂ ਹਾਫ ਹੂਲ ਡਬਲ ਜਾਂ ਟ੍ਰਿਪਲ ਸਕਰੀਨ ਕੱਟ ਰਹੀ ਹੈ ਸਕਰੀਨ ਬੱਚ ਮੜੀ ਜੀ ਕੱਟੀ ਹੋਈ ਹੈ ਹੁਣ ਕੋਈ ਹੈ ਵੀ ਨਹੀਂ ਸਾਰੇ ਚਲੇ ਗਏ ਆਪਾਂ ਅੱਧੀ ਰਾਤ ਨੂੰ ਕਲਾਸ ਲਾਣੇ ਇਸ ਟਾਈਮ ਹੈ ਵੀ ਨਹੀਂ ਕੋਈ ਸਾਰੇ ਚਲੇ ਗਏ ਮੜਾ ਜਾ ਕੱਟ ਰਹੀ ਹੈ ਲੱਗਦਾ ਤੁਸੀਂ ਅੰਡਰਸਟੈਂਡ ਕਰ ਲੈਣਿਓ ਹੈਨਾ ਐਨਾ ਤਾਂ ਅੰਡਰਸਟੈਂਡ ਕਰ ਲਈ ਨੋ ਤੁਸੀਂ ਬਿਲਕੁਲ ਮੈਨੇ ਦੇਖਿਆ ਬੱਚੇ 67 ਬੱਚੇ ਲਾਈਵ ਨੇ ਪਤੰਦਰ ਮਾ ਜੀ ਕੋ ਸਟੋਰੀ ਜੇ ਪਾਈ ਸੀ ਹੈਨਾ ਤਾਂ ਉਥੇ ਕਮੈਂਟ ਕਰੀ ਜਾਂਦੇ ਨੇ ਲੇਕਿਨ ਐ ਨਹੀਂ ਵੀ ਲਾਈਵ ਆਜਨ ਕਲਾਸ ਚ हां जी तब बच्चों की है डिस्क इंक्रिप्शन वेयर डाटा इज इंक्रिप्टेड बिफोर स्टोरेज तक केडिया होगी प्यारे बच्चों दैट इज होल होल एक डिस्क इंक्रिप्शन टेक्निक है जिडी डाटा इंक्रिप्ट कर दी बिफोर स्टोरेज है ना बिल्कुल तब मतलब की है जो स्टोरेज तो पहला सारे दे सारे डाटा नु की कर दिया प्यारे बच्चों इंक्रिप्ट कर दिया सीटेट जी बिल्कुल सच ही कल बच्चों सच श्री काल ਸੋ ਹੁਲ ਡਿਸਕ ਇਨਕ੍ਰਿਪਸ਼ਨ ਇਨਕ੍ਰਿਪਟਸ ਦਾ ਐਂਟਾਇਰੀ ਇਨਕਲੂਡਿੰਗ ਸਵੈਪ ਫਾਈਲਸ ਸਿਸਟਮ ਫਾਈਲਸ ਹਰਬੀਨੇਸ਼ਨ ਫਾਈਲਸ ਬਿਲਕੁਲ ਸਾਰੀਆਂ ਫਾਈਲਸ ਨੂੰ ਕੀ ਕਰਦੇ ਪਰੇ ਬੱਚੋ ਇਨਕ੍ਰਿਪਟ ਕਰਦੇ ਆ ਬਿਫੋਰ ਸਟੋਰੇਜ ਨੈਕਸਟ ਡੈਸ਼ ਮੀਨਸ ਦੈਟ देयर ਸੋਰਸ ਕੋਡ ਇਜ਼ ਨੋਟ ਅਵੇਲੇਬਲ ਬਿਲਕੁਲ ਕਿਹੜੇ ਸੌਫਟਵੇਅਰ ਨੇ ਬੱਚੋ ਜਿੰਨਾ ਤੇ ਕੀ ਹੈ ਸੋਰਸ ਕੋਡ ਅਵੇਲੇਬਲ ਨਹੀਂ ਹੁੰਦਾ ਸਰ ਜੀ ਤੁਸੀਂ ਕਲਾਸ ਲੇਟ ਲਗਾਉਂਦੇ ਹੋ ਜੀ हाँ जी बिल्कुल क्लास लेट लगाना बच्चों मैं भी देखी स्टोरी जी अच्छा जी हाँ जी तब बच्चों की है डैश सॉफ्टवेयर देर सोर्स कोड इज़ नॉट अवेलेबल ਰਮਨ ਸੁਖਜੀ ਕੀ ਕਹਿ ਰਹੇ ਹੋ ਤੁਸੀਂ ਬੱਚੇ ਆਗੇ ਕਲਾਸ ਚ ਹਾਂਜੀ ਬਿਲਕੁਲ ਕਹਿੰਦੇ ਡੈਸ਼ ਮੀਨਸ ਦੈਟ देयर ਸੋਰਸ ਕੋਡ ਇਜ਼ ਨੋਟ ਅਵੇਲੇਬਲ ਕਿਹੜੇ ਸੌਫਟਵੇਅਰ ਦਾ ਜਿਹੜਾ ਸੋਰਸ ਕੋਡ ਅਵੇਲੇਬਲ ਨਹੀਂ ਹੁੰਦਾ ਬੱਚੋ ਬਿਲਕੁਲ ਤਾਂ ਉਹਨਾਂ ਨੂੰ ਕੀ ਕਹਿੰਦੇ ਪਰੇ ਬੱਚੋ ਥੈਟ ਇਜ਼ ਅ ਫਰੀ ਵੇਅਰ ਕਹਿੰਦੇ ਨੇ ਦੇ ਫਰੀ ਵੇਅਰ ਸੌਫਟਵੇਅਰ ਹੁੰਦੇ ਨੇ ਇਹਨਾਂ ਦਾ ਸੋਰਸ ਕੋਡ ਅਵੇਲੇਬਲ ਨਹੀਂ ਹੁੰਦਾ ਹੈਨਾ ਬਿਲਕੁਲ ਤਾਂ ਜਿਹਨਾਂ ਦਾ ਸੋਰਸ ਕੋਡ ਅਵੇਲੇਬਲ ਹੁੰਦਾ ਮਤਲਬ ਜਿਨ੍ਹਾਂ ਦੀ ਕੋਡਿੰਗ ਆਪਾਂ ਨੂੰ ਮਿਲ ਜਾਂਦੀ ਹੈ ਉਹਨਾਂ ਨੂੰ ਕੀ ਕਹਿੰਦੇ ਆ ਥੈਟ ਇਜ਼ ਓਪਨ ਸੋਰਸ ਕਹਿੰਦੇ ਆ ਉਹਨਾਂ ਨੂੰ ਕੀ ਕਹਿੰਦੇ ਆ ਪਰੇ ਬੱਚੋ ਇਟ ਇਜ਼ ਓਪਨ ਸੋਰਸ ਜਿਨ੍ਹਾਂ ਦਾ ਕੀ ਹੈ ਸੋਰਸ ਕੋਡ ਆਪਾਂ ਨੂੰ ਮਿਲ ਜਾਂਦਾ ਹੈ अच्छा ਤੁਹਾਡਾ ਸਤਿ ਸ੍ਰੀ ਅਕਾਲ ਦਾ ਜਵਾਬ ਨਹੀਂ ਦਿੱਤਾ ਬਿਲਕੁਲ ਰਮਨ ਸੁਖਜੀ ਸਤਿ ਅਕਾਲ ਬੱਚੇ ਐਕਚੁਅਲੀ ਸਟਾਰਟਿੰਗ ਦੇ ਵਿੱਚ ਸਭ ਨੂੰ ਸਤਿ ਸ੍ਰੀ ਅਕਾਲ ਕਰ ਦਿੰਦੇ ਆ ਹੈਨਾ ਬਾਅਦ ਦੇ ਵਿੱਚ ਕੋਈ ਆਂਦਾ ਤਾਂ ਮੈਸੇਜ ਤੇ ਆਨ ਨਹੀਂ ਜਾਂਦਾ ਤਾਂ ਬੱਚੋ ਫ੍ਰੀਵੇਅਰ ਕਿਹੜੇ ਹੁੰਦੇ ਨੇ ਜਿਹੜੇ ਪ੍ਰੋਪਰਾਈਟਰ ਸੌਫਟਵੇਅਰ ਹੁੰਦੇ ਨੇ ਬਿਲਕੁਲ ਜਿਨ੍ਹਾਂ ਦਾ ਸੋਰਸ ਕੋਡ ਨਹੀਂ ਮਿਲਦਾ ਯੂਜ਼ ਕਰਨ ਲਈ ਫ੍ਰੀ ਮਿਲ ਜਾਂਦੇ ਨੇ ਯੂਜ਼ ਕਰਨ ਲਈ ਫ੍ਰੀ ਮਿਲ ਜਾਂਦੇ ਲੇਕਿਨ ਇਹਨਾਂ ਦਾ ਸੋਰਸ ਕੋਡ ਨਹੀਂ ਮਿਲਦਾ ਤਾਂ ਉਹਨਾਂ ਨੂੰ ਕੀ ਕਹਿੰਦੇ ਪੜੇ ਬੱਚੋ ਫ੍ਰੀਵੇਅਰ ਸੌਫਟਵੇਅਰ ਕਹਿੰਦੇ ਨੇ ਇਹਨਾਂ ਦਾ ਕਾਪੀਰਾਈਟ ਕਾਪੀਰਾਈਟ ਕੇਸ ਹੋ ਜਾਂਦਾ ਕਾਪੀਰਾਈਟ ਕੇਸ ਹੋ ਜਾਂਦਾ ਹੈ ਬੱਚੇ ਹਰਬੀਰ ਸੰਧੂ ਜੀ ਉਹ ਤਾਂ ਮੁਸ਼ਕਿਲ ਹੈ ਬੱਚੇ ਉਹਨਾਂ ਦਾ ਕੋਈ ਰਿਸਪੌਂਸ ਹੀ ਨਹੀਂ ਆ ਰਿਹਾ ਹਰਬੀਰ ਸੰਧੂ ਜੀ ਉਹਨਾਂ ਦਾ ਕੋਈ ਰਿਸਪੌਂਸ ਨਹੀਂ ਆ ਰਿਹਾ ਕਹਿੰਦੇ ਇਨ ਆਰਡਰ ਫॉर ए ਪੈਰੀਫਰਲ ਟੂ ਆਪਰੇਟ ਕਰੈਕਟਲੀ ਇਟ ਮਸਟ ਬੀ ਇਨਸਟਾਲਡ ਪੈਰੀਫਰਲ ਨੂੰ ਸਹੀ ਤਰ੍ਹਾਂ ਨਾਲ ਚਲਾਉਣ ਲਈ ਇਸ ਦਾ ਇਨਸਟਾਲ ਹੋਣਾ ਚਾਹੀਦਾ ਹੈ ਕਿਦਾਂ ਇਨਸਟਾਲ ਹੋਣਾ ਚਾਹੀਦਾ ਪੈਰੇ ਬੱਚੋ ਹਾਂਜੀ ਤਾਂ ਬੱਚੋ ਇਨ ਆਰਡਰ ਫॉर ए ਪੈਰੀਫਰਲਸ ਟੂ ਆਪਰੇਟ ਕਰੈਕਟਲੀ ਇਟ ਮਸਟ ਬੀ ਇਨਸਟਾਲਡ सर जी मेरा भी रिप्लाई भी नहीं किया जी बिल्कुल कला, कला बच्चा हुआ सर मेरा रिप्लाई नहीं किया बच्चे इकट्ठा ही रिप्लाई कर दिना हूं बच्चों हाँ जी बच्चों की है ਕੀ ਇਨ ਆਰਡਰ ਟੂ ਆਪਰੇਟ ਪੈਰੀਫਰਲ ਕਰੈਕਟਲੀ ਤਾਂ ਕਿਦਾ ਇੰਸਟਾਲ ਹੋਣਾ ਜ਼ਰੂਰੀ ਹੈ ਪੈਰੇ ਬੱਚੋ 뎃 ਇਜ਼ ਅ ਡਿਵਾਈਸ ਡਰਾਈਵਰਸ ਦਾ ਇੰਸਟਾਲ ਹੋਣਾ ਜ਼ਰੂਰੀ ਹੈ ਕਿਦਾ ਡਿਵਾਈਸ ਡਰਾਈਵਰ ਬਿਲਕੁਲ ਜਦੋਂ ਵੀ ਆਪਾਂ ਕੋਈ ਵੀ ਡਿਵਾਈਸ ਖਰੀਦ ਕੇ ਲੈ ਕੇ ਆਨੇ ਬਾਜ਼ਾਰ ਦੇ ਵਿੱਚੋਂ ਤਾਂ ਆਪਾਂ ਕੀ ਇੰਸਟਾਲ ਕਰਦੇ ਹਾਂ ਉਹਦੇ ਡਿਵਾਈਸ ਡਰਾਈਵਰ ਇੰਸਟਾਲ ਕਰਦੇ ਹਾਂ ਕੀ ਇੰਸਟਾਲ ਕਰਦੇ ਹਾਂ ਉਹਦੇ ਜਿਵੇਂ ਮੈਨੇ ਪ੍ਰਿੰਟਰ ਖਰੀਦਿਆ ਤਾਂ ਪ੍ਰਿੰਟਰ ਨੂੰ ਚਲਾਉਣ ਲਈ ਮੈਨੂੰ ਕੁਛ ਨਾ ਕੁਛ ਤਾਂ ਲੋਡ ਪੈਂਦੀ ਹੈ ਪ੍ਰਿੰਟਰ ਸਕੈਨਰ ਤਾਂ ਆਪਾਂ ਨੂੰ ਕੀ ਇੰਸਟਾਲ ਕਰਨੇ ਪੈਂਦੇ ਪੈਰੇ ਬੱਚੋ ਦੇ 뎃 ਆਰ ਦਾ ਡਿਵਾਈਸ ਡਰਾਈਵਰਸ ਹਰਬੀਰ ਸੰਧੂ ਜੀ ਮੈਂ ਤੁਹਾਨੂੰ ਨਾ ਸਪੋਰਟ ਤੇ ਕਾਲ ਲਾਉਗੀ ਤੁਹਾਨੂੰ ਸਪੋਰਟ ਤੋਂ ਆਉਗੀ ਅੱਡਾ ਵੱਲੋਂ ਕੋਲ ਹਾਂਜੀ ਇਹ ਡਿਵਾਈਸ ਡਰਾਈਵਰ ਪ੍ਰੋਵਾਈਡਸ ਦੇ ਹਾਰਡਵੇਅਰ ਡਿਵਾਈਸ ਵਿਦ ਸੌਫਟਵੇਅਰ ਇੰਟਰਫੇਸ ਅਨੇਬਲਿੰਗ ਆਪਰੇਟਿੰਗ ਸਿਸਟਮ ਐਂਡ ਅਦਰ ਕੰਪਿਊਟਰ ਪ੍ਰੋਗਰਾਮਸ ਟੂ ਅਸੈਸ ਆਲ ਦਾ ਹਾਰਡਵੇਅਰ ਫੰਕਸ਼ਨਸ ਵਿਦਆਊਟ ਫੋਲਿੰਗ ਦਾ ਬਿਲਕੁਲ ਜਿਹੜੇ ਬੱਚੇ ਡਿਵਾਈਸ ਡਰਾਈਵਰ ਹੈ ਇਹ ਅਨੇਬਲ ਕਰਦੇ ਨੇ ਆਪਰੇਟਿੰਗ ਸਿਸਟਮ ਤੇ ਅਦਰ ਜਿਹੜੇ ਹੈਗੇ ਫੰਕਸ਼ਨਸ ਨੂੰ ਕਿ ਉਹ ਪ੍ਰੋਪਰਲੀ ਕੀ ਕਰਨ ਸੇ ਵਰਕ ਕਰਨ ਹੈ ਨਾ ਡਿਵਾਈਸ ਤੁਹਾਡਾ ਕੀ ਹੈ ਪ੍ਰੋਪਰਲੀ ਵਰਕ ਕਰੇ ਕਹਿੰਦੇ ਦਾ ਸੌਫਟਵੇਅਰ ਦੈਟ ਇਜ਼ ਯੂਜ਼ਡ ਟੂ ਕ੍ਰੀਏਟ ਟੈਕਸਟ ਬੇਸਡ ਡਾਕੂਮੈਂਟ ਟੂ ਰੈਫਰਡ ਐਜ਼ ਦੀ हाँ जी टेक्स्ट बेस्ड डॉकूमेंट क्रिएट कर दें तो की रेफर करते पैरे बच्चों की यूज़ कर हैं जी अपने की क्रिएट करनी है टेक्स्ट बेस्ड डॉक्यूमेंट क्रिएट करनी है हाँ जी की क्रिएट करने पेरे बच्चों टेक्स्ट बेस्ड डॉक्यूमेंट क्रिएट करनी है हाँ जी बिल्कुल तो टैक्सट बेस्ड डॉक्यूमेंट क्रिएट कर दें बच्चों दैट इज वर्ड प्रोसेसर वर्ड प्रोसेसर है हाँ जी की बच्चों दट इज अ वर्ड प्रोसेसर है वर्ड प्रोसेसर की यूज़ दे बच्चो इट क्रिएट्स से अपन टेक्स्ट बेस्ड डॉक्यूमेंट बिल्कुल टेक्स्ट बेस्ड डॉक्यूमेंट क्रिएट कर दे पहले बच्चों दैट इज अ वर्ड प्रोसेसर अच्छा डी बी एम एस सॉफ्टवेयर है डी बी एम एस सॉफ्टवेयर है एप्लीकेशन सॉफ्टवेयर है सिस्टम सॉफ्टवेयर है केड़ा सॉफ्टवेयर है हाँ जी डीबीएमएस सॉफ्टवेयर है बच्चों एप्लीकेशन सॉफ्टवेयर है सिस्टम सॉफ्टवेयर है जल्दी कमेंट करके दसो मैं वेट कर रहा डी बी एम एस सॉफ्टवेयर है सिस्टम सॉफ्टवेयर है एप्लीकेशन सॉफ्टवेयर है ਹੁੰ ਨਹੀਂ ਆਂਦਾ ਸਰ ਆ ਨਾ ਪੁੱਛਿਆ ਕਰੋ ਤੁਸੀਂ ਐਕਸਟਰਾ ਕੁਐਸਚਨ ਪੁੱਛ ਲੈਨੇ ਹੋ ਇਹ ਨਹੀਂ ਪਤਾ ਹੁੰਦਾ ਹੈ ਨਾ ਬਿਲਕੁਲ ਹਾਂ ਸਭ ਦਾ ਕੀ ਆ ਰਿਹਾ ਬੱਚਿਆਂ ਦਾ ਕਾਫੀ ਆਂਦਾ ਸਰ ਸਿਸਟਮ ਸੌਫਟਵੇਅਰ ਹੈ ਹੈ ਨਾ ਬੱਚੋ ਬਿਲਕੁਲ ਮੈਨੂੰ ਪਤਾ ਸੀ ਸਿਸਟਮ ਸੌਫਟਵੇਅਰ ਹੀ ਦੋਂਗੇ ਐਪਲੀਕੇਸ਼ਨ ਸੌਫਟਵੇਅਰ ਹੁੰਦਾ ਕਿਹੜਾ ਹੁੰਦਾ ਐਪਲੀਕੇਸ਼ਨ ਸੌਫਟਵੇਅਰ ਹੁੰਦਾ ਹੈ ਕਿਹੜਾ ਹੁੰਦਾ ਵਿੱਚ ਬਿਲਕੁਲ ਸਭ ਦਾ ਸਿਸਟਮ ਸਿਸਟਮ ਆ ਰਿਹਾ ਐ ਐਪਲੀਕੇਸ਼ਨ ਸੌਫਟਵੇਅਰ ਹੁੰਦਾ ਮੈਨੂੰ ਪਤਾ ਸੀ ਤੁਸੀਂ ਆਹੀ ਦੋਗੇ ਆਨਸਰ ਨੱਕ ਕਟਾਉਂਗੇ ਮੇਰੀ ਹੱਟਦੇ ਨਹੀਂ ਇਹ ਸੌਫਟਵੇਅਰ ਦੈਟ ਯੂਜ਼ ਟੂ ਕ੍ਰੀਏਟ ਅ ਟੈਕਸਟ ਬੇਸਡ ਡਾਕੂਮੈਂਟ ਇਜ਼ ਨੋਨ ਐਸ ਅ ਵਰਡ ਪ੍ਰੋਸੈਸਰ ਤਾਂ ਇਹ ਸਾਰੇ ਕਿਹੜੇ ਹੁੰਦੇ ਨੇ ਐਪਲੀਕੇਸ਼ਨ ਸੌਫਟਵੇਅਰ ਹੁੰਦੇ ਨੇ ਇਹ ਤਾਂ ਸ਼ੁਕਰ ਕਰੋ ਆਪਣੀਆਂ ਕਲਾਸਾਂ ਦੇ ਵਿੱਚੋਂ ਡਿੱਟੋ ਕੁਐਸਚਨ ਆ ਜਾਂਦੇ ਨੇ ਜੇ ਪੇਪਰ ਵਾਲਾ ਥੋੜਾ ਜਿਹਾ ਕਮਾ ਕੇ ਪੁੱਛ ਲੇ ਤੁਹਾਨੂੰ ਨਹੀਂ ਆਂਦਾ ਕੁਝ ਹੈਨਾ ਤੁਹਾਨੂੰ ਨਹੀਂ ਆਂਦਾ ਕੁਝ ਤਾਂ ਕੀ ਹੈ ਆਪਣੀ ਕਲਾਸਾਂ ਦੇ ਵਿੱਚੋਂ ਡਿੱਟੋ ਕੁਐਸਚਨ ਆ ਜਾਂਦੇ ਨੇ ਹਾਂਜੀ ਵਨ ਫਾਈਲਸ ਆਰ ਬ੍ਰੋਕਨ ਅਪ ਇਨਟੂ ਸਮਾਲਰ ਪਾਰਟਸ ਓਨ ਅ ਡਿਸਕ ਦੇ ਆਰ ਸੈਡ ਟੂ ਬ ਕਹਿੰਦੇ ਜਦੋਂ ਫਾਈਲਾਂ ਨੂੰ ਡਿਸਕ ਦੇ ਛੋਟੇ ਛੋਟੇ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਤਾਂ ਉਹਨੂੰ ਕੀ ਕਿਹਾ ਜਾਂਦਾ ਹੈ ਸਰ ਕਨਸਟੇਬਲ ਦੀ ਵੈਕੈਂਸੀ ਕਦੋਂ ਆਣੀ ਹੈ ਪਲੀਜ਼ ਦੱਸੋ ਸਰ ਬੱਚੇ ਕੌਨਸਟੇਬਲ ਦੀ ਵੈਕੈਂਸੀ ਹੈ ਨਾ ਭਗਵੰਤ ਮਾਨ ਹਲੇ ਰੁੱਜਿਆ ਹੋਇਆ ਉਹਦੇ ਕਰ ਹੋਣਾ ਹਲੇ ਜੁਆਕ ਹੈ ਨਾ ਤੁਸੀਂ ਉਹਦੇ ਜੁਆਕ ਹੋ ਜਾਂਦੋ ਮੁੰਡਾ ਹੋ ਗਿਆ ਨਾਲ ਦੀ ਨਾਲ ਕਹਿੰਦਾ ਮੈਂ ਕੌਨਸਟੇਬਲ ਦੀ ਵੈਕੈਂਸੀ ਪੱਕਾ ਕੱਢ ਦੂੰਗਾ ਫੱਲੇ ਤੁਸੀਂ ਵੇਟ ਕਰੋ ਥੋੜਾ ਜਿਹਾ ਬਿਲਕੁਲ ਹਾਂਜੀ ਕਹਿੰਦੇ ਜਦੋਂ ਫਾਈਲਾਂ ਨੂੰ ਡਿਸਕ ਦੇ ਛੋਟੇ ਛੋਟੇ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਤਾਂ ਉਹਨੂੰ ਕੀ ਕਿਹਾ ਜਾਂਦਾ ਹੈ ਕਹਿੰਦੇ ਫ੍ਰੈਗਮੈਂਟਡ ਕੰਟੀਜੀਊਸ ਸੈਕਟਰਡ ਐਂਡ ਡਿਸਬਰਸਡ ਤੁਸੀਂ ਤਿਆਰੀ ਰੱਖੋ ਜਦੋਂ ਕਾਂਸਟੇਬਲ ਦੀ ਵੈਕੈਂਸੀ ਆਗੀ ਨਾਲ ਦੀ ਨਾਲ ਪੇਪਰ ਆਜੂਗਾ ਹੈਨਾ ਪੇਪਰ ਤੁਹਾਡੀ ਐਨੀ ਤਿਆਰੀ ਹੋਣੀ ਚਾਹੀਦੀ ਹੈ ਵੈਕੈਂਸੀ ਡਿੱਕੀ ਆਨੇ ਤਿਆਰੀ ਹੈ ਨਹੀਂ ਵੈਕੈਂਸੀ ਤੇ ਥੋੜਾ ਤਿਆਰੀ ਹੁੰਦੀ ਹੁੰਦੀ ਹੈ ਜਦੋਂ ਪਹਿਲਾਂ ਤਿਆਰੀ ਕਰੋ ਵੈਕੈਂਸੀ ਆਜੂਗੀ ਨਾਲ ਦੀ ਨਾਲ ਪੇਪਰ ਕਰੈਕ ਕਰ ਦੇਣਾ हाँ जी बिल्कुल तब बच्चों की है वैन फाइल्स आर ब्रोकन अप द पिंटू स्मॉल स्मौल पार्ट्स दे आर सेड टू बी हाँ जी की कहें पहले बच्चों हाँ जी बिल्कुल तो है ना <laughs> ਬਿਲਕੁਲ ਤਾਂ ਉਹਨ ਕੀ ਕਹਿੰਦੇ ਨੇ ਪਾਰੇ ਬੱਚੋ ਫ੍ਰੈਗਮੈਂਟਡ ਕਹਿੰਦੇ ਨੇ ਫ੍ਰੈਗਮੈਂਟੇਸ਼ਨ ਰੈਫਰਸ ਟੂ ਅਨਵਾਂਟਡ ਪ੍ਰੋਬਲਮਸ ਅਕਸ ਬਿਲਕੁਲ ਜਿਹੜੀ ਫ੍ਰੈਗਮੈਂਟਡ ਹੈ ਬੱਚੋ ਇਹ ਕੀ ਕਰਦੀ ਹੈ ਜਿੰਨੀਆਂ ਵੀ ਤੁਸੀਂ ਅਨਵਾਂਟਡ ਸਪੇਸਿਸ ਹੁੰਦੀਆਂ ਨੇ ਬੱਚੋ ਤਾਂ ਉਹਨੂੰ ਕੀ ਹੈ ਇੱਕ ਵੱਡੀ ਸਪੇਸ ਦੇ ਨਾਲ ਮਿਲਾ ਦਿੰਦੀ ਹੈ ਹੈਨਾ ਬਿਲਕੁਲ ਹਾਂਜੀ ਨੈਕਸਟ ਸਟੇਪ ਪ੍ਰੋਗਰਾਮ ਇਨ ਐਗਜ਼ੀਕਿਊਸ਼ਨ ਇਜ਼ ਕਾਲਡ ਬਿਲਕੁਲ ਇੱਕ ਪ੍ਰੋਗਰਾਮ ਐਗਜ਼ੀਕਿਊਸ਼ਨ ਦੇ ਵਿੱਚ ਹੈ ਤਾਂ ਉਹਨੂੰ ਕੀ ਕਹਿੰਦੇ ਨੇ ਕਹਿੰਦੇ ਐਗਜ਼ੀਕਿਊਸ਼ਨ ਵਿੱਚ ਇੱਕ ਪ੍ਰੋਗਰਾਮ ਨੂੰ ਕਿਹਾ ਜਾਂਦਾ ਹੈ ਪ੍ਰੋਸੈਸ ਇਨਸਟਰਕਸ਼ਨ ਪ੍ਰੋਸੀਜਰ ਐਂਡ ਫੰਕਸ਼ਨ ਹਾਂਜੀ ਇੱਕ ਪ੍ਰੋਗਰਾਮ ਐਗਜ਼ੀਕਿਊ ਇੱਕ ਪ੍ਰੋਗਰਾਮ ਇਨ ਐਗਜ਼ੀਕਿਊਸ਼ਨ ਇਜ਼ ਕਾਲਡ ਹਾਂਜੀ ਬਿਲਕੁਲ ਇੱਕ ਪ੍ਰੋਗਰਾਮ ਐਗਜ਼ੀਕਿਊਸ਼ਨ ਚ ਹੁੰਦਾ ਬੱਚੋ ਤਾਂ ਉਹਨੂੰ ਕੀ ਕਿਹਾ ਜਾਂਦਾ ਹੈ ਇੱਕ ਪ੍ਰੋਗਰਾਮ ਇਨ ਐਗਜ਼ੀਕਿਊਸ਼ਨ ਇਜ਼ ਕਾਲਡ ਪ੍ਰੋਸੈਸ ਕਹਿੰਦੇ ਨੇ ਕੀ ਕਹਿੰਦੇ ਨੇ ਪਾਰੇ ਬੱਚੋ ਦੈਟ ਇਜ਼ ਅ ਪ੍ਰੋਸੈਸ ਕਹਿੰਦੇ ਨੇ ਹਾਂਜੀ ਵਿਚ ਵਨ ਆਫ ਦਾ ਫੋਲੋਇੰਗ ਇਜ਼ ਨੋਟ ਅ ਫੰਕਸ਼ਨ ਆਫ ઓਪਰੇਟਿੰਗ ਸਿਸਟਮ ਇੰਨਾ ਵਿੱਚੋਂ ਕਿਹੜਾ ਆਪਰੇਟਿੰਗ ਸਿਸਟਮ ਦਾ ਫੰਕਸ਼ਨ ਨਹੀਂ ਹੈ ਇੰਨਾ ਵਿੱਚੋਂ ਕਿਹੜਾ ਬੱਚੋ ਆਪਰੇਟਿੰਗ ਸਿਸਟਮ ਦਾ ਫੰਕਸ਼ਨ ਨਹੀਂ ਹੈ ਹਾਂਜੀ ਇਹਨਾਂ ਵਿੱਚੋਂ ਬੱਚੇ ਕਿਹੜਾ ኦਪਰੇਟਿੰਗ ਸਿਸਟਮ ਦਾ ਫੰਕਸ਼ਨ ਨਹੀਂ ਹੈ

ਤਾ ਬੱਚੋ ਕੀ ਹੈ ਇਹਨਾਂ ਵਿੱਚੋਂ ኦਪਰੇਟਿੰਗ ਸਿਸਟਮ ਦਾ ਕਿਹੜਾ ਫੰਕਸ਼ਨ ਨਹੀਂ ਹੈ ਤਾਂ ኦਪਰੇਟਿੰਗ ਸਿਸਟਮ ਕੀ ਨਹੀਂ ਕਰਦਾ ਨੈਟਵਰਕਿੰਗ ਨਹੀਂ ਕਰਦਾ ਰਿਸੋਰਸ ਮੈਨੇਜਮੈਂਟ ਕਰਦਾ ਹੈ ਫਾਈਲ ਮੈਨੇਜਮੈਂਟ ਪ੍ਰੋਸੈਸ ਮੈਨੇਜਮੈਂਟ ਇਹ ਸਾਰੇ ਫੰਕਸ਼ਨ ਕਰਦਾ ਹੈ ኦਪਰੇਟਿੰਗ ਸਿਸਟਮ ਕੀ ਨਹੀਂ ਕਰਦਾ ਨੈਟਵਰਕਿੰਗ ਨਹੀਂ ਕਰਦਾ ਕੀ ਨਹੀਂ ਕਰਦਾ ਨੈਟਵਰਕਿੰਗ ਨਹੀਂ ਕਰਦਾ ਬਿਲਕੁਲ ਦਾ ਫੰਕਸ਼ਨ ਆਫ ኦਪਰੇਟਿੰਗ ਸਿਸਟਮ ਦੇ ਫੰਕਸ਼ਨ ਯਾਦ ਹੋਣੇ ਚਾਹੀਦੇ ਆ ਤੁਹਾਡਾ ਪੱਕਾ ਪੇਪਰ ਚ ਆਊਗਾ ਪੰਜਾਬ ਪੁਲਿਸ ਦੇ ਵਿੱਚ ਤਾਂ ਇਹ ਮੈਮਰੀ ਮੈਨੇਜਮੈਂਟ ਕਰਦਾ ਹੈ ਪ੍ਰੋਸੈਸ ਮੈਨੇਜਮੈਂਟ ਕਰਦਾ ਹੈ CPU ਸ਼ਡਿਊਲਿੰਗ ਕਰਦਾ ਹੈ ਡਿਵਾਈਸ ਮੈਨੇਜਮੈਂ ਸਿਕਿਉਰਿਟੀ ਕਰਦਾ ਹੈ ਬਿਲਕੁਲ ਇਹ ਸਾਰੇ ਫੰਕਸ਼ਨ ਕੌਣ ਪਰਫਾਰਮ ਕਰਦਾ ਆਪਣਾ ਦੈਟ ਇਜ਼ ਇਟ ਇਜ਼ ਪਰਫਾਰਮਡ ਬਾਈ ਦਾ ਆਪਰੇਟਿੰਗ ਸਿਸਟਮ द फर्स्ट ग्राफिकल यूजर इंटरफेस डिजाइन बाय पहला ग्राफिकल यूजर इंटरफेस डैश द्वारा डिजाइन किया था बच्चे एक खुशखबरी है तो आपके लिए ना मैं एआई के क्वेश्चन बना रहे हैं आर्टिफिशियल इंटेलिजेंसी दे क्योंकि इस बार एसआई के बीच पूरी संभावना है कि टीसीएस एआई के क्वेश्चन पाओगी आर्टिफिशियल इंटेलिजेंसी दे, दे। सूत्र तो खबर पता चली है सूत्र तो खबर पता चली है आपा एक दो क्लास एआई दी जरूर लेके आवांगे नया क्वेश्चन बना रहे हैं नया कंटेंट डेवलप कर रहे हैं ਇੱਕ ਦੋ ਕਨੈਕਸ਼ਨ AI ਦੇ ਜ਼ਰੂਰ ਲੈ ਕੇ ਆਵਾਂਗੇ ਸੂਤਰਾਂ ਤੋਂ ਖਬਰ ਪਤਾ ਚੱਲੀ ਹੈ ਕਿ AI ਤੇ ਇਸ ਵਾਰ ਕੁਐਸਚਨ ਪੇਪਰ ਦੇ ਵਿੱਚ ਆਣੇ ਨੇ ਹਾਂਜੀ ਦਾ ਫਰਸਟ ਗ੍ਰਾਫਿਕਲੀ ਯੂਜ਼ਰ ਇੰਟਰਫੇਸ ਡਿਜ਼ਾਈਨਡ ਬਾਈ ਐਪਲ ਇਨਕ ਮਾਈਕਰੋਸਾਫਟ ਜ਼ੀਰੋਕਸ ਕਾਰਪੋਰੇਸ਼ਨ ਐਂਡ ਨਨ ਆਫ ਥੀਸ ਫਰਸਟ ਗ੍ਰਾਫਿਕਲ ਯੂਜ਼ਰ ਇੰਟਰਫੇਸ बिल्कुल तो फस्ट जरा ग्राफिकल यूजर इंटरफेस है किने डिज़ाइन किया प्यारे बच्चों दैट इज अ जीरोक्स कारपोरेशन ने किने डिज़ाइन किया जीरोक्स कॉरपोरेशन ने डिजाइन किया बिल्कुल द जी उन्नीस सौ तिहत्तर जराक्स पार्क डिवल्प आल्टो परसनल कंप्यूटर जेड डिवल्प किया बच्चों जो फर्स्ट ग्राफिकल यूजर इंटरफेस जीरोक्स कॉरपोरे द्वारा की किया डिजाइन किया ਬਿਲਕੁਲ ਜੀ ਬਿਲਕੁਲ ਚਲਿਏ ਅਗੇ ਨੈਕਸਟ ਹੈ ਵਿਚ ਅਮੰਗ ਦਾ ਫੋਲੋਇੰਗ ਇਜ਼ ਨੋਟ ਅ ਮੋਬਾਈਲ ኦਪਰੇਟਿੰਗ ਸਿਸਟਮ ਇਨਾਂ ਵਿੱਚੋਂ ਕਿਹੜਾ ਮੋਬਾਈਲ ኦਪਰੇਟਿੰਗ ਸਿਸਟਮ ਨਹੀਂ ਹੈ ਇਨਾਂ ਚੋਂ ਕਿਹੜਾ ਕੀ ਹੈ ਬੱਚੋ ਮੋਬਾਈਲ ኦਪਰੇਟਿੰਗ ਸਿਸਟਮ ਜਿਹੜਾ ਨਹੀਂ ਹੈਗਾ ਤਾਂ ਕਿਹੜਾ ਨਹੀਂ ਹੈਗਾ ਮੈਂ ਗੱਲ ਕਰ ਰਿਹਾ ਸੀ ਨਾ AI ਤਾਂ AI ਦਾ ਫਾਦਰ ਕੋਣ ਹੈ ਹਾਂਜੀ ਮੈਂ ਗੱਲ ਕੀ ਕਰ ਰਿਹਾ ਸੀ AI ਦੀ ਸਰਜੀ ਝੂਠ ਜਿਹੜਾ ਹੋ ਗਿਆ ਜੀ TCS ਵਾਲਾ ਜੀ ਤੁਹਾਡੀ ਯਾਰੀ 10 ਸਾਲ ਪੁਰਾਨੀਆਂ ਪੇਪਰ ਤਾਂ ਉਹਨਾਂ ਨੇ 2021 ਵਿੱਚ ਲਿਆ ਬੱਚੇ TCS ਕੱਲਾ ਪੇਪਰ ਹੀ ਨਹੀਂ ਲਿੰਦੀ ਹੈਗੀ TCS ਪਹਿਲਾਂ software ਬਣਾਉਂਦੀ ਸੀ ਪੇਪਰ ਤਾਂ 2021 ਦੇ ਵਿੱਚ ਲਿਆ ਲੇਕਿਨ ਮੈਂ ਜਾਣਦਾ ਤਾਂ TCS ਨੂੰ 10 ਸਾਲ ਪੁਰਾਣਾ software ਕੰਪਨੀ ਹੈ TCS software ਬਣਾਉਂਦੀ ਹੈ ਹਨਾ ਉਹ ਕੱਲੇ ਪੇਪਰ ਹੀ ਨਹੀਂ ਪਾਉਂਦੀ ਹੈਗੀ ਤੁਹਾਨੂੰ ਤਾਂ ਐ ਵੀ ਕੱਲੇ ਪੇਪਰ ਹੀ ਪਾਉਂਦੀ ਹੈ ਨਹੀਂ ਬਹੁਤ ਵੱਡੀ software ਕੰਪਨੀ ਹੈ TCS ਹੋਰ ਬਹੁਤ ਸਾਰੇ ਪ੍ਰੋਜੈਕਟਸ ਨੇੜੇ TCS ਦੇ ਚੱਲਦੇ ਨੇ है ना तो stale हूं तो जानकारी ये TCS DTs बहुत पुरानी कंपनी है 2015 16 ਦੇ ਵਿੱਚ TCS पेपर करवांदी ਸੀ ਸਾਰਾ ਬੈਂਕਿੰਗ ਵਗੈਰਾ ਦਾ ਪੰਜਾਬ ਦਾ ਤਾਂ ਹੁਣ ਕਰਾਨ ਲੱਗੀ ਹੈ ਬੈਂਕਿੰਗ ਵਗੈਰਾ ਦੇ ਬਹੁਤ ਪੁਰਾਣੇ ਪੇਪਰ ਕਰਵਾਉਂਦੀ ਹੈ TCS हां जी ਤਾਂ ਮੋਬਾਈਲ ኦਪਰੇਟਿੰਗ ਸਿਸਟਮ ਕੀ ਹੈ ਪੇਰੇ ਬੱਚੋ that is Safari ਨਹੀਂ ਹੈਗਾ ਕੀ ਨਹੀਂ ਹੈਗਾ Safari ਨਹੀਂ ਹੈਗਾ ਹੈ ਨਾ ਮੋਬਾਈਲ ਇਹਦੇ ਬੈਂਕ ਦੇ ਪੇਪਰ ਤਾਂ ਬਹੁਤ ਪੁਰਾਣੇ ਕਰਵਾਉਂਦੀ ਹੈ TCS गेट ਬੈਂਕ ਦਾ 2014 15 ਤੋਂ मेरी आदत है मैं कद भी झूठ नहीं बोलता हूँ कद भी है ना बिल्कुल हाँ जी की है बचो अपने को ले सफारी है सफारी अपने को ले की है द जोड़ा वैब ब्राउजर है द फस्ट वर्जन ऑफ यूनिक्स डिवल्प बाय हाँ जी बिल्कुल द फस्ट वर्जन ऑफ यूनिक्स डिवल्प बाय पहला वर्जन यूनिक्स का किने डिवेल्प किया ਸਰ ਜੀ ਲੇਬਰ ਇਨਸਪੈਕਟਰ ਵਿੱਚ ਕੰਬਿਊਸ਼ਨ ਤੁਹਾਡੀ ਬੁੱਕ ਚੋ ਓਕੇ ਹੈ ਜੀ ਪਲੀਜ਼ ਦੱਸਿਓ ਮੇਰੇ ਖਿਆਲ ਲੇਬਰ ਇਨਸਪੈਕਟਰ ਚ ਕੰਪਿਊਟਰ ਨਹੀਂ ਆਂਦਾ ਲੇਬਰ ਇਨਸਪੈਕਟਰ ਚ ਕੰਪਿਊਟਰ ਨਹੀਂ ਆਂਦਾ ਬੱਚੋ ਤੁਸੀਂ ਇਹ ਕਹਿ ਨਹੀਂਓ ਵੀ ਸਰਲ ਝੂਠ ਬੋਲਦੇ ਨੇ ਵੀ ਹਾਂ ਪੀਸੀਸ ਨੂੰ ਜਾਣਦੇ ਨੇ ਬਿਲਕੁਲ ਬੱਚੋ ਮੇਰੇ ਕੋਲ ਵੀ ਪ੍ਰੂਫ ਵੀ ਹੈ TCS ਦਾ ਇਹ TCS ਆਪਣੇ ਤੋਂ ਬਾਹਰ ਨਹੀਂ ਹੈਗੀ ਚਲੋ ਬਾਕੀ ਪਾਸ वर्जन ਆਫ ਯੂਨਿਕਸ ਯੂਨਿਕਸ ਦਾ ਕਿਨੇ ਡਿਵਲਪ ਕੀਤਾ ਸੀ ਬੱਚੋ ਇਟ ਇਜ਼ ਕੇਨ ਥਾਮਪਸਨ ਨੇ ਡਿਵਲਪ ਕੀਤਾ ਸੀ ਕੇਨ ਥਾਮਪਸਨ ਹੈ ਨਾ ਨਾਲੇ ਦੇ ਆਪਣਾ ਕੌਣ ਸੀ ਡੈਨਿਸ ਰੀਚੀ ਸੀ ਨਾਲ ਕੌਣ ਸੀ ਡੈਨਿਸ ਰੀਚੀ ਸੀ जिन्हें डिवेल्प किया बच्चों फस्ट वर्जन ऑफ यूनिक्स विच ऑफ द फॉलिंग ऑपरेटिंग सिस्टम बाद फस्ट डिवेल्प बाय माइक्रोसॉफ्ट हाँ जी की है हेठा दीते ऑपरेटिंग सिस्टम सब तो पहला माइक्रोसॉफ्ट द्वारा विकसित किया गया आईसीटी बच्चे मैंने देखना है ICT ਦੇਖੂਗਾ ਮੈਨੇ ਵੈਸੇ ਸਿਲੇਬਸ ਦੇਖਿਆ ਨਹੀਂ ਲੇਬਰ ਅਸਿਸਟੈਂਟ ਦਾ ਇੱਕ ਵਾਰੀ ਸਿਲੇਬਸ ਦੇਖੂਗਾ ਵੀ ਕੀ ਸਿਲੇਬਸ ਹੈ ਹਾਂ ਜੀ ICT ਹੋਏ ਤਾਂ ICT ਆਪਣਾ ਕੰਪਿਊਟਰ ਹੈ ਜੀ ICT ਹੋਇਆ ਨਾ ਤਾਂ ICT ਆਪਣਾ ਕੰਪਿਊਟਰ ਹੈ ਬੱਚੋ ICT हां जी व्हिच ऑफ द फॉलोइंग ऑपरेटिंग सिस्टम वाज फर्स्ट डेवलप्ड बाय माइक्रोसॉफ्ट द माइक्रोसॉफ्ट ने केड़ा डेवलप किया था सी बच्चों 97 या 95 आउगा विंडोज 95 डेवलप किया था सी केड़ा डेवलप किया था सी विंडोज 95 डेवलप किया था है ना बिल्कुल विंडोज 95 डेवलप किया था सी एमई -E की है दैट इज मिलियम एडिशन की है बच्चों मिलियम एडिशन एमई है ना थे एक्सपी दी ਤੁਹਾਨੂੰ ਪਤਾ ਹੀ ਹੈ ایکسپੀਰੀਅנס डोस की है दैट इज अ डिस्क ऑपरेटिंग सिस्टम की है डिस्क ऑपरेटिंग सिस्टम दैट इज डॉस डॉस की अपने को डिस्क ऑपरेटिंग सिस्टम पहला तुसी एक्सपी करवाया सी। जी नहीं बचो नहीं मैंने एक्सपी करवाया ही नहीं है मैं पता है पक्का एक्सपी नहीं करवाया बचो तुम भुल जाने हो। फिर कह देंगे सर नहीं एक्सपी करवाया सी, नहीं बचो ਮੈਨੂੰ ਯਾਦ ਹੈ ਮੈਂ 97 ਤੋਂ 95 ਕਰਵਾਣਾ ਹੁੰਨਾ ਹਮੇਸ਼ਾ ਇਟ ਵਾਸ ਦਾ ਵਿੰਡੋ 95 ਹੈ ਵਿਚ ਵਾਸ ਦਾ ਫਰਸਟ ਆਪਰੇਟਿੰਗ ਸਿਸਟਮ ਰਿਲੀਜ਼ਡ ਬਾਈ ਮਾਈਕਰੋਸਾਫਟ ਬਿਲਕੁਲ ਇਹ ਕੀ ਹੈ ਵਿੰਡੋ 95 ਹੈ ਦਾ ਫਰਸਟ ਆਪਰੇਟਿੰਗ ਸਿਸਟਮ ਲਾਂਚ ਕੀਤਾ ਸੀ ਕਿਨੇ ਮਾਈਕਰੋਸਾਫਟ ਦੇ ਨੈਕਸਟ ਹੈ ਬੱਚੋ ਵਿਚ ਆਫ ਦਾ ਫਾਲੋਇੰਗ ਵਿੰਡੋ ਯੂਟਿਲਿਟੀਜ਼ ਇਰੇਜ਼ਡ ਅਨਨੀਡਿਡ ਫਾਈਲਸ ਹੇਠਾ ਲਿਖਿਆ ਵਿੰਡੋਜ਼ ਉਪਭੋਗਤਾਵਾਂ ਵਿੱਚੋਂ ਕਿਹੜੀਆਂ ਬੇਲੋੜੀਆਂ ਫਾਈਲਾਂ ਨੂੰ ਮਿਟਾਉਂਦੀਆਂ ਹਨ which of the following uh, windows utility erases the unneeded files हां जी बिल्कुल प्यारे बच्चों which among the following window utilities erases the unneeded files बिल्कुल अननीडेड फाइल्स ਨੂੰ ਬੱਚੋ ਕਹਦੀਆਂ ਵਿੰਡੋ ਯੂਟਿਲਿਟੀਆਂ ਇਰੇਜ਼ ਕਰਦੀਆਂ ਨੇ हाँ जी कि विंडो यूज बच्चों जो की है अनएडिड फाइल्स में इरेज कर दिए ने दैट इज डिस्क क्लीनअप कि यूटिलिटीज आदि ने दैट इज डिस्क क्लीनअप ए लैंगुएज प्रोसेसर इज ए स्पैशल टाइप ऑफ सॉफ्टवेयर दैट हैज द पोटेंशियल टू ट्रांसलेट द प्रोग्राम कोड्स इन टू मशीन कोडस तो कि बच्चों ਹਾਂਜੀ ਇੱਕ ਪਾਸਾ ਪ੍ਰੋਸੈਸਰ ਇੱਕ ਖਾਸ ਕਿਸਮ ਦੇ ਸੌਫਟਵੇਅਰ ਪ੍ਰੋਗਰਾਮ ਹੁੰਦਾ ਜਿਸ ਵਿੱਚ ਪ੍ਰੋਗਰਾਮ ਕੋਡਾਂ ਨੂੰ ਮਸ਼ੀਨ ਕੋਡਾਂ ਵਿੱਚ ਅਨੁਵਾਦ ਕਰਨ ਦੀ ਸਮਰੱਥਾ ਹੁੰਦੀ ਹੈ ਤਾਂ ਉਹਨੂੰ ਕੀ ਕਹਿੰਦੇ ਨੇ ਬੱਚੋ ਇਹ ਲੈਂਗੁਏਜ ਪ੍ਰੋਸੈਸਰ ਇਜ਼ ਅ ਸਪੈਸ਼ਲ ਟਾਈਪ ਆਫ ਸੌਫਟਵੇਅਰ ਪ੍ਰੋਗਰਾਮ ਥੈਟ ਹੈਜ਼ ਅ ਪੋਟੈਂਸ਼ੀਅਲ ਟੂ ਟ੍ਰਾਂਸਲੇਟ ਦਾ ਪ੍ਰੋਗਰਾਮ ਕੋਡਸ ਇੰਟੂ ਮਸ਼ੀਨ ਕੋਡਸ ਤਾਂ ਕੀ ਕਹਿੰਦੇ ਨੇ ਕੰਪਾਈਲਰ ਇੰਟਰਪ੍ਰੀਟਰ ਅਸੈਂਬਲਰ ਜਾਂ 올 ਆਫ ਥਿਸ हाँ जी किया तिन्नु आंदेने, तिन्नु आंदेने, की आऊगा प्यारे बच्चों ये लैंग्वेज प्रोसैस से स्पैशल टाइप ऑफ सो प्रोग्राम ज ट्रांसलेट प्रोग्राम कोर्स इनटू द मशीन कोर्स तक कंपाइलर इंटरप्रेटर ते असेंबलर तीनों आंदे ने तीनों आंदे ने कंपाइलर ते असेंबलर विच शॉर्टकट की यूज टू फॉर ए कॉलम हाइड कॉलम हाइड की शॉर्टकट की है प्यारे बच्चों ਕੋਲਮ ਹਾਈਲ ਦੀ ਸ਼ਾਰਟਕਟ ਕੀ ਕੀ ਹੈ ਸਰ ਮੇਰਾ SBI ਪ੍ਰੀ ਕਲੀਅਰ ਹੋ ਗਿਆ ਚਲੋ ਵਧੀਆ ਗੱਲ ਹੈ ਹਰਦੀਪ ਕੌਰ ਜੀ ਤੁਸੀਂ ਮੇਨ ਦੀ ਤਿਆਰੀ ਕਰੋ ਬੱਚੇ ਮੇਨ ਦੀ ਤਿਆਰੀ ਕਰੋ ਪਰ ਕੰਪਿਊਟਰ ਨਹੀਂ ਆਂਦਾ ਮੇਰੇ ਖਿਆਲ ਉਹਦੇ ਵਿੱਚ SBI ਦੇ ਕਲਰਕ ਦਾ ਹੋਇਆ ਉਹ ਨਾ ਪ੍ਰੀ ਤੁਹਾਡਾ ਕਲੀਅਰ ਤਾਂ ਮੇਨਸ ਦੇ ਵਿੱਚ ਬੱਚੇ ਕੰਪਿਊਟਰ ਨਹੀਂ ਆਂਦਾ ਪਿਛਲਾ ਕੁਐਸਚਨ ਰੀ ਚੈੱਕ हां ਜਿਹੜੀ ਅਨਨੀਡਿਡ ਫਾਈਲਸ ਨੂੰ ਰਿਮੂਵ ਕਰਦੇ ਪਹਿਰੇ ਬੱਚੋ ਦੈਟ ਇਜ਼ ਅ ਡਿਸਕ ਕਲੀਨਪ ਅਨ ਦਾ ਅਨਨੀਡਿਡ ਫਾਈਲਸ ਨੂੰ ਪੂਜਾ ਮੋਰਾ ਜੀ ਡਿਸਕ ਕਲੀਨਪ ਆਊਗਾ ਕਾਲਮ ਹਾਈਡ ਦੀ ਸ਼ਾਰਟਕਟ ਕੀ ਕੀ ਹੈ ਪਹਿਰੇ ਬੱਚੋ ਕਾਲਮ ਹਾਈਡ ਦੀ ਬਿਲਕੁਲ ਜੇ ਆਪਾਂ ਨੇ ਕਾਲਮ ਹਾਈਡ ਕਰਨਾ ਕੰਟਰੋਲ 0 ਨਾਲ ਕਾਲਮ ਹਾਈਡ ਕਰਦੇ ਆ ਤੇ ਕੰਟਰੋਲ 9 ਨਾਲ ਰੋ ਹਾਈਡ ਕਰਦੇ ਆ रोहाइड कंट्रोल प्लस 9 नल हुंदी है ਤੇ ਕਾਲਮ ਹਾਈਡਰਲਿਕ ਕੰਟਰੋਲ ਪਲੱਸ 0 ਦਾ ਯੂਜ਼ ਕੀਤਾ ਜਾਂਦਾ ਹੈ। द ਗ੍ਰਾਮਰ ਫੋਰ ਅ ਪ੍ਰੋਗਰਾਮਿੰਗ ਲੈਂਗੁਏਜ ਇਜ਼ ਅ ਫਾਰਮਲ ਡਿਕ੍ਰਿਪਸ਼ਨ ਆਫ ਇੱਕ ਪ੍ਰੋਗਰਾਮਿੰਗ ਭਾਸ਼ਾ ਲਈ ਵਿਆਕਰਨ ਦਾ ਰਸਮੀ ਵਰਣਨ ਹੈ। ਹਾਂਜੀ ਦਾ ਗ੍ਰਾਮਰ ਆਫ ਅ ਪ੍ਰੋਗਰਾਮਿੰਗ ਲੈਂਗੁਏਜ ਇਜ਼ ਅ ਫਾਰਮਲ ਡਿਸਕ੍ਰਿਪਸ਼ਨ ਆਫ ਕਿਹਦਾ ਡਿਸਕ੍ਰਿਪਸ਼ਨ ਹੈ ਬੱਚੋ ਸਿੰਟੈਕਸ ਸਿਮੈਂਟਿਕਸ ਸਟਰਕਚਰ ਜਾਂ ਕੋਡ ਹਾਂਜੀ ਕੀ ਕਹਿੰਦਾ ਪਿਆਰੇ ਬੱਚੋ ਇੱਕ ਦਾ ਗ੍ਰਾਮਰ ਫੋਰ ਅ ਪ੍ਰੋਗਰਾਮਿੰਗ ਲੈਂਗੁਏਜ ਇਜ਼ ଫਾਰਮਲ ਡਿਸਕ੍ਰਿਪਸ਼ਨ ਆਫ ਤਾਂ ਕੀ ਆਊਗਾ ਪਿਆਰੇ ਬੱਚੋ 댓 ਇਜ਼ ਅ ਸਿੰਟੈਕਸ ਆਊਗਾ ਕੀ ਆਊਗਾ ਪਿਆਰੇ ਬੱਚੋ ਸਿੰਟੈਕਸ ਆਊਗਾ ਬਿਲਕੁਲ ਏ ਅਨਸਰ ਆਊਗਾ ਦਾ ਗ੍ਰਾਮਰ ਕਲੀਅਰਲੀ ਇੰਡੀਕੇਟਸ ਵਿਚ ਟਾਈਪ ਆਫ ਸਟਰਕਚਰ ਡਸ ਏ ਪ੍ਰੋਗਰਾਮ ਹੈ ਬਿਲਕੁਲ ਇੱਕ ਪ੍ਰੋਗਰਾਮ ਦੀ ਕੀ ਡਿਸਟ੍ਰਕਚਰ ਹੈ ਬੱਚੋ ਤਾਂ ਉਹਨੂੰ ਕੀ ਹੈ ਗ੍ਰਾਮਰ ਤੋਂ ਪਤਾ ਲੱਗਦਾ ਹੈ ਤਾਂ ਸਟ੍ਰਕਚਰ ਹੁੰਦਾ ਬੱਚੋ ਥੈਟ ਇਜ਼ ਅ ਸਿੰਟੈਕਸ ਡਿਫਾਈਨ ਕਰਦੇ ਆ ਕਿ ਦੇ ਨਾਲ ਕਿਸੇ ਦੀ ਪ੍ਰੋਗਰਾਮ ਦੀ ਸਟ੍ਰਕਚਰ ਨੂੰ ਆਪਾਂ ਸਿੰਟੈਕਸ ਨਾਲ ਡਿਫਾਈਨ ਕਰਦੇ ਹਾਂ ਮੈਕਸਿਮਮ ਜ਼ੂਮ ਪਰਸੈਂਟੇਜ ਸਪੋਰਟਡ ਬਾਈ ਮਾਈਕਰੋਸਾਫਟ ਵਰਡ ਸੋਰੀ ਮਿਨੀਮਮ ਹਾਂਜੀ ਮਿਨੀਮਮ ਜ਼ੂਮ ਪਰਸੈਂਟੇਜ ਕਿੰਨੀ ਪਰ ਸਪੋਰਟ ਕਰਦਾ ਐਮ ਐਸ ਵਰਡ ਐਮ ਐਸ ਵਰਡ ਦੀ ਮਿਨੀਮਮ ਜ਼ੂਮ ਪਰਸੈਂਟੇਜ ਕਿੰਨੀ ਹੈ दस परसेंट, फाइव परसेंट, पच्चीस परसेंट या वन परसेंट हाँ जी बिल्कुल मिनिमम जूम परसेंटेज सपोर्टेड बाय एम एस वर्ड एम एस वर्ड मिनिमम जूम परसेंटेज कि सपोर्ट करते पेरे बच्चों एम एस वर्ड मिनिमम जूम परसेंटेज सपोर्ट करता कर 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 है दट इज़ टेन परसेंट सपोर्ट करता है कि पेरे बच्चों टैन परसेंट सपोर्ट करता है द रैड वेबलाइन अंडर अंडरलाइन एम एस वर्ड डॉक्यूमेंट इंडीकेट्स बिल्कुल लाल लाइन लिखी आंधी है ना कई बार टैक्स टाइप कर दिया लाल लाइन लिखी आ जाती है तो खतरे का निशाना आता एमें रैड लाइन जी नहीं आ जाती रैड रैड मार्कर लै ना एमें रैड लाइन जी आ जाती है वो की इंडीकेट करती है किसी टैक्स जी रैड लाइन आ जाती है हाँ जी तो रेड लाइन की इंडिकेट्स कर दिए परे बच्चों बिल्कुल रेड लाइन की कर दिए स्पेलिंग एरर तो जी है कि अपने को ले ग्रीन लाइन की इंडिकेट्स दी है दैट इज ग्रैमर एरर बिल्कुल ਤਾਂ ਬੱਚੋ ਕੀ ਹੈ ਇਫ देयर इज ਅ ਸਪੈਲਿੰਗ ਮਿਸਟੇਕ ਸੈਨ ਵਰਡ ਰੈਡ ਲਾਈਨ ਇੰਡੀਕੇਟ ਰੈਡ ਕਲਰ ਆ ਜਾਂਦਾ ਕਿਹੜਾ ਆਂਦਾ ਇਟ ਇਜ਼ ਅ ਰੈਡ ਕਲਰ ਆ ਜਾਂਦਾ ਤਾਂ ਜੇ ਗ੍ਰੈਮੈਟੀਕਲ 에ਰਰ ਹੈ ਹੈਨਾ ਫੋਰ ਗ੍ਰੀਨ ਲਾਈਨ ਆ ਜਾਂਦੀ ਹੈ ਦੇਖੋ ਜੀ 4 ਗ੍ਰੀਨ ਹੈਨਾ ਜੀ 4 ਗ੍ਰੀਨ ਮਤਲਬ ਗ੍ਰੈਮੈਟੀਕਲ ਹੈਨਾ ਜੀ 4 ਗ੍ਰੀਨ ਜੀ 4 ਗ੍ਰੈਮੈਟੀਕਲ ਬਿਲਕੁਲ ਜੀ ਬਿਲਕੁਲ नैक्सट है बच्चों टेल्नेट इज ए टेलेंट की है जिन्हों टैलेंट कहने हो, है ना टैलेंट कहते हो टैलनेट की है पहले बच्चो यूज़ टू सेंड ई ईमेल यूज़ टेलीफोन लाइन इज ए पार्ट ऑफ नैटस्केप इज़ ए प्रोटोकॉल दैट अलाउज फॉर ए रिमोट लॉग इन टैलनेट की है पहले बच्चों वट इज़ टैलनेट ਹਾਂਜੀ ਟੈਲਨਟ ਕੀ ਹੈ ਬੱਚੋ ਟੈਲਨਟ ਕਹਿੰਦੇ ਇਜ਼ ਅ ਪ੍ਰੋਟੋਕੋਲ ਦੈਟ ਅਲਾਉਸ ਫੋਰ ਅ ਰਿਮੋਟ ਲੌਗਇਨ ਬਿਲਕੁਲ ਰਿਮੋਟ ਲੌਗਇਨ ਤੋਂ ਆਪਾਂ ਨਹੀਂ ਕੀ ਹੈ ਅਸੈਸ ਕਰਨੇ ਦੇਣਾ ਪਰ ਟੈਲਨਟ ਦਾ ਯੂਜ਼ ਕਰਦੇ ਹਾਂ ਜਿਵੇਂ ਮੈਂ ਗੁਰਦਾਸਪੁਰ ਬੈਠਿਆ ਆ ਤੁਹਾਡਾ ਕੀ ਹੈ ਤੁਸੀਂ ਬੈਠਿਓ ਕੋਈ ਹੁਸ਼ਿਆਰਪੁਰ ਕੋਈ ਗੁਰਦਾਸਪੁਰ ਤੁਹਾਡਾ ਕੰਪਿਊਟਰ ਯੂਜ਼ ਕਰਨੇ ਮੈਨੇ ਤਾਂ ਟੈਲਨਟ ਦਾ ਯੂਜ਼ ਕਰਦਾ ਟੈਲਨਟ ਦੀ ਫੁੱਲ ਫਾਰਮ ਹੁੰਦੀ ਹੈ ਦੈਟ ਇਜ਼ ਅ ਟੈਲੀ ਕਮਿਊਨੀਕੇਸ਼ਨ ਨੈਟਵਰਕ ਕੀ ਹੁੰਦੀ ਹੈ ਟੈਲੀ ਕਮਿਊਨੀਕੇਸ਼ਨ ਨੈਟਵਰਕ ਹਾਂਜੀ ਵਿਚ ਆਫ ਦਾ ਫੋਲਿੰਗ ਟਾਈਪ ਆਫ ਸੌਫਟਵੇਅਰ ਸੀਕ੍ਰੀਟਲੀ ਕਲੈਕਟ ਦਾ ਇਨਫੋਰਮੇਸ਼ਨ ਅਬਾਊਟ ਯੂਅਰ ਇੰਟਰਨੈਟ ਹੈਬਿਟਸ ਇਹਨਾਂ ਵਿੱਚੋਂ ਕਿਹੜਾ ਸੌਫਟਵੇਅਰ ਗੁਪਤ ਰੂਪ ਵਿੱਚ ਤੁਹਾਡੇ ਤੇ ਤੁਹਾਡੀਆਂ ਇੰਟਰਨੈਟ ਆਦਤਾਂ ਬਾਰੇ ਜਾਣਕਾਰੀ ਇਕੱਠੀ ਕਰਦਾ ਹੈ ਹਾਂਜੀ ਵਿਚ ਆਫ ਦਾ ਫੋਲੋਇੰਗ ਸੌਫਟਵੇਅਰ ਸੀਕ੍ਰੀਟਲੀ ਕਲੈਕਟਸ ਦਾ ਇਨਫੋਰਮੇਸ਼ਨ ਅਬਾਊਟ ਯਰ ਇੰਟਰਨੈਟ ਹੈਬਿਟਸ ਬਿਲਕੁਲ ਕਿਹੜਾ ਸੌਫਟਵੇਅਰ ਹੈ ਜਿਹੜਾ ਤੁਹਾਡੀ ਦੇ ਤੁਹਾਡੀ ਇੰਟਰਨੈਟ ਹਾੱਬਤਾਂ ਬਾਰੇ ਜਾਣਕਾਰੀ ਇਕੱਠੀ ਕਰਦਾ ਹੈ ਹਾਂਜੀ ਬਿਲਕੁਲ ਕਿਹੜਾ ਸੌਫਟਵੇਅਰ ਹੈ ਬੱਚੋ ਦੈਟ ਇਜ਼ ਅ ਸਪਾਈਵੇਅਰ ਸਪਾਈਵੇਅਰ ਇੱਕ ਐਵਨ ਦਾ ਸੌਫਟਵੇਅਰ ਹੈ ਤੁਹਾਡੀ ਤੁਹਾਡੀ ਇੰਟਰਨੈਟ ਆਤਾਂ ਦੀ ਜਾਣਕਾਰੀ ਇਕੱਠੀ ਕਰਦਾ ਹੈ ਤੁਹਾਨੂੰ ਕੀ ਕਹਿੰਦੇ ਪਰੇ ਬੱਚੋ ਦੈਟ ਇਜ਼ ਅ ਸਪਾਈਵੇਅਰ ਸਪਾਈਵੇਅਰ ਇਜ਼ ਅ ਮੈਲੀਸ਼ੀਅਸ ਸੌਫਟਵੇਅਰ ਦੈਟ ਐਨਸ਼ੂਰ ਦ ਕੰਪਿਊਟਰ ਗੈਦਰਸ ਦ ਡਾਟਾ ਫਰੋਮ ਦ ਡਿਵਾਈਸ ਯੂਜ਼ਰ ਐਂਡ ਸੈਂਟ ਟੂ ਦ देयर ਪਾਰਟੀ ਵਿਦਆਊਟ देयर ਕੌਨਸੈਂਟ ਤਾਂ ਕੀ ਹੋਊਗਾ ਬੱਚੋ ਦੈਟ ਇਜ਼ स्पाइवेयर द डैश कंप्यूटर कंपटीशन इज कैरीड आउट विद द फिजिकल क्वांटिटीज सच एज वोल्टेज लेंथ करंट एंड टेंपरेचर इट सेक्टरा ਕਹਿੰਦੇ ਕੰਪਿਊਟਰ ਵਿੱਚ ਗੰਨਾ ਭੌਤਿਕ ਮਾਤਰਾਵਾਂ ਜਿਵੇਂ ਕਿ ਵੋਲਟੇਜ ਲੰਬਾਈ ਵਰਤਮਾਨ ਤਾਪਮਾਨ ਆਦਿ ਨਾਲ ਕੀਤੀ ਜਾਂਦੀ ਹੈ ਤਾਂ ਉਹਨਾਂ ਨੂੰ ਕੀ ਕਹਿੰਦੇ ਨੇ ਡਿਜੀਟਲ ਐਨਾਲੋਗ ਹਾਈਬ੍ਰਿਡ ਜਾਂ ਮਾਈਕਰੋ ਕੰਪਿਊਟਰ हाँ जी इन डैश कंप्यूटर्स इन डैश कंप्यूटर्स कंपीट्यूशन इज़ कैरीड आउट विद फिजिकल क्वान्टिटीज़ सच एज़ वोल्टेज लेंथ करंट एंड टेम्परेचर इट्रा हाँ जी ਕੀ ਆਊਗਾ ਪਹਿਰੇ ਬੱਚੋ that are the analog computers ਬਿਲਕੁਲ ਜਿਹੜੇ ਵੋਲਟੇਜ ਲੈਂਥ ਕਰੰਟ ਟੈਂਪਰੇਚਰ ਨੂੰ ਮੈਜ਼ਰ ਕਰਦੇ ਆ ਤੈਨ ਅਨਲੋਗ ਕੰਪਿਊਟਰ ਆਣਗੇ बिल्कुल द एनालॉग कंप्यूटर एनी क्लास ऑफ डिवाइस इन द दिच कॉन्टीन्यूसली वेरिएबल फिजिकल सच एज इलैक्ट्रिकल पोटेंशियल फलुड प्रेशरस तब बच्चों सारी चीज़ा मेजर कर देंद्र कि दैट आर द एनालोग कंप्यूटर नैक्सट स्पैशलाइज नैटवर्क डिवाइस डिटरमाइंस द नैक्स नैटवर्क पॉइंट्स टू विच इट कैन फॉरवर्ड द डाटा पैकेट्स टूअर्ड द डेस्टिनेशन इज कॉमनली नॉन एज ਕਵੈਸਚਨ ਵੱਡਾ ਹੈ ਨਾ ਲੇਕਿਨ ਕੀ ਹੈ ਕਿ ਆਪਸ਼ਨ ਚ ਅਨਸਰ ਲੱਭਣਾ ਆਪਾਂ ਨੇ ਕਹਿੰਦਾ ਇੱਕ ਵਿਸ਼ੇਸ਼ ਨੈਟਵਰਕ ਯੰਤਰ ਜੋ ਅਗਲੇ ਨੈਟਵਰਕ ਪੁਆਇੰਟਾਂ ਨੂੰ ਨਿਰਧਾਰਨ ਕਰਦਾ ਹੈ ਜਿਸਤੇ ਅਸੀਂ ਇਹ ਡਾਟਾ ਇਹ ਇੱਕ ਡਾਟਾ ਪੈਕੇਟ ਨੂੰ ਮੰਜ਼ਿਲ ਵੱਲ ਅੱਗੇ ਭੇਜ ਸਕਦੇ ਹਾਂ ਆਮ ਤੌਰ ਤੇ ਕਿਹਾ ਜਾਂਦਾ ਹੈ ਕੀ ਕਹਿੰਦੇ ਨੇ ਪਹਿਰੇ ਬੱਚੋ ਬ੍ਰਿਜ ਰਾਊਟਰ ਸਵਿਚ ਜਾਂ ਹੱਬ हरबीर वाले क्वेश्चन तक की पूछिया हरबीर ने क्वेश्चन हरबीर जी दोबारा पूछो बच्चे वायरलेस कम्युनिकेशन प्रोटोकॉल वायरलेस ऑप्शन ਦੇ हिसाब ਨਾਲ ਬੱਚੋ ਕਿਉਂਕਿ অপਸ਼ਨ ਦੇ ਵਿੱਚ TCP ਵੀ ਯੂਜ਼ ਕਰਦੇ ਆਪਾਂ ਵਾਇਰਲੈਸ ਕਮਿਊਨੀਕੇਸ਼ਨ ਲਈ ਹੈਨਾ ਜਨਰਲੀ ਜਿਹੜਾ TCP ਯੂਜ਼ ਕੀਤਾ ਜਾਂਦਾ ট্রান্সਮਿਸ਼ਨ ਕੰਟਰੋਲ ਪ੍ਰੋਟੋਕੋਲ ਬਾਕੀ অপਸ਼ਨ ਦੇ हिसाब ਨਾਲ ਆਨਸਰ ਹੁੰਦੇ ਨੇ ਕਾਫੀ ਹੈਨਾ ਤਾਂ ਬੱਚੋ ਕੀ ਆਊਗਾ ਜਿਹੜਾ ਦੈਟ ਇਜ਼ ਰਾਊਟਰ ਹੈ ਨਾ ਤਾਂ ਰਾਊਟਰ ਬੱਚੋ ਕੀ ਕਰਦਾ ਆਪਣੇ ਕੋਲੇ ਜਿਹੜਾ ਹੈਗਾ ਜਿਹੜਾ ਨੈਕਸਟ ਨੈਟਵਰਕ ਪੁਆਇੰਟਸ ਕਰਦਾ ਹੈ ਡਾਟਾ ਪੈਕੇਟਸ ਨੂੰ ਟ੍ਰਾਂਸਫਰ ਕਰਦਾ ਹੈ ਹਾਂਜੀ ਵਿੱਚ ਵਾਰ ਇਜ਼ ਯੂਸੂਲੀ ਲੋਕੇਟਿਡ ਬਿਲੋ ਦਾ ਟਾਈਟਲ ਬਾਰ ਪ੍ਰੋਵਾਈਡਸ ਦਾ ਕੈਟੇਗੋਰੀਜ਼ਡ ਆਪਸ਼ਨ ਹਾਂਜੀ ਤਾਂ ਕਿਹੜੀ ਬਾਰ ਆਮ ਤੌਰ ਤੇ ਟਾਈਟਲ ਬਾਰ ਦੇ ਹੇਠਾਂ ਸਥਿਤ ਹੁੰਦੀ ਹੈ ਜੋ ਪ੍ਰਤੀਬੱਧ ਵਿਕਲਪ ਪ੍ਰਦਾਨ ਕਰਦੀ ਹੈ ਤੁਹਾਨੂੰ ਕੀ ਕਹਿੰਦੇ ਨੇ ਸਰ ਜੀ ਬਲੂਟੁੱਥ ਤੇ ਵਾਈਫਾਈ ਚ ਦੱਸਿਓ ਜੀ ਬਲੂਟੁੱਥ ਤੇ ਵਾਈਫਾਈ ਦੋਨੋਂ ਬੱਚੇ ਵਾਇਰਲੈਸ ਕਮਿਊਨੀਕੇਸ਼ਨ ਹੈ ਦੋਨੇ ਵਾਇਰਲੈਸ ਕਮਿਊਨੀਕੇਸ਼ਨ ਨੇ हां जी ਵਿੱਚ ਬਾਰ ਇਸ ਯੂਸੂਲੀ ਲੋਕੇਟਡ ਬਿਲੋ ਦਾ ਟਾਈਟਲ ਬਾਰ ਬਿਲਕੁਲ ਟਾਈਟਲ ਬਾਰ ਦੇ ਬਿਲੋ ਕਿਹੜੀ ਬਾਰ ਲੋਕੇਟਡ ਹੁੰਦੀ ਹੈ ਪੈਰੇ ਬੱਚੋ ਥੈਟ ਇਜ਼ ਮੈਨੂ ਬਾਰ ਹੁੰਦੀ ਹੈ ਕਿਹੜੀ ਬਾਰ ਹੁੰਦੀ ਹੈ ਥੈਟ ਇਜ਼ ਮੈਨੂ ਬਾਰ ਹੁੰਦੀ ਹੈ ਤੁਸੀਂ ਦੇਖਿਆ ਨਾ ਫਾਈਲ ਹੋਮ ਇਨਸਰਟ ਟੈਬਸ ਹੁੰਦੀਆਂ ਨੇ ਤਾਂ ਇਹ ਬੱਚੋ ਕਿੱਥੇ ਹੁੰਦੀਆਂ ਨੇ ਇਹ ਥੈਟਸ ਅੰਡਰ ਦਾ ਮੈਨੂ ਬਾਰ ਕਿੱਥੇ ਹੁੰਦੀਆਂ ਨੇ ਪੈਰੇ ਬੱਚੋ ਮੈਨੂਰ ਮੈਨੂ ਬਾਰ ਤੇ ਹੁੰਦੀਆਂ ਨੇ ਇਨਹੈਰੀਟੈਂਸ ਇਜ਼ ਅਬਿਲਟੀ ਐਂਡ ਆਬਜੈਕਟ ਟੂ ਪਾਸ ਇਟਸ ਕੈਰੈਕਟਰਸ ਕਿਟਸ ਟੂ ਹਾਂਜੀ ਵਿਰਾਸਤ ਇੱਕ ਵਸਤੂ ਆਪਣੀਆਂ ਵਿਸ਼ੇਸ਼ਤਾਵਾਂ ਨੂੰ ਇਸ ਦੇ ਤੱਕ ਪਹੁੰਚਾਣ ਦੀ ਯੋਗਤਾ ਹੈ ਤਾਂ ਉਹਨੂੰ ਕੀ ਕਹਿੰਦੇ ਨੇ ਪਿਆਰੇ ਬੱਚੋ ਸਬ ਕਲਾਸਿਸ ਆਫ ਸਪ੍ਰਿੰਗ ਸੁਪਰ ਕਲਾਸਿਸ ਜਾਂ ਪੇਰੈਂਟਸ हाँ जी इनहेरिटेंस इज एन अबिलिटी ऑफ एन ऑब्जेक्ट टू पास इट्स करैक्चर स्कि टू सब क्लासिस ऑफ स्परिंग सुपर क्लासिज या पेरेंट्स इनहेरिटेंस बच्चों इनहेरिटेंस की कर दिए की पास कर दिया हो तो इनहेरिटेंस पास कर दिए पेरे बच्चों सब क्लासिस किनू पास कर दिया अपना डेटा किसान पास कर दें बच्चों सब क्लासिस ट्रांसफर कर दी है बिल्कुल चलो नेक्स्ट है बच्चों अपने को वट टाइप ऑफ वेब टेक्नोलॉजी प्रोवाइड्स द न्यूज़ कैन ऑटोमेटिकली डाउनलोड राइट टू योर डेस्कटॉप किस किस्म की वैब टेक्नोलॉजी खबर प्रदान करती है जो डेस्कटॉप पे अपने आप डाउनलोड कर सकती है बिल्कुल विच टाइप ऑफ वैब टेक्नोलॉजी प्रोवाइड द न्यूज़ दैट कैन ऑटोमेटिकली डाउनलोडड राइट टू योर डेस्कटॉप ਬਿਲਕੁਲ ਕਿਸ ਕਿਸਮ ਦੀ ਟੈਕਨੋਲੋਜੀ ਤੁਹਾਨੂੰ ਪ੍ਰੋਵਾਈਡ ਕਰਦੀ ਹੈ ਕਿ ਜਿਹੜੀ ਹੈਗੀ ਹੈ ਨਿਊਜ਼ ਆਟੋਮੈਟਿਕਲੀ ਕੀ ਹੋ ਜਾਂਦੀਆਂ ਨੇ ਡਾਊਨਲੋਡ ਹੋ ਜਾਂਦੀਆਂ ਨੇ ਤੁਹਾਡੇ ਡੈਸਕਟਾਪ ਤੇ किसम किस्म की टेक्नोलॉजी तुम तो प्रोवाइड कर दी बच्चों दिट इज की आजगा आर एस एस फीड कहें पेरे बच्चो दिट इज आर एस एस फीड कहते हैं ऑफ द फाइव वर्ड लिस्टड बिलो विच वन इज ओड वन आउट हाँ जी एड वन आउट किड़ा प्यरे बच्चो विच वन इज द ओड वन आउट तो इन्ह चो ओड वन आउट कि बच्चो सारे सॉफ्टवेयर ने पेरीफेरल ओड वन आउट है पेरीफेरल है जो दट इज द ओड वन आउट है ਚਲੋ ਬਹੁਤ ਹੈ ਬੱਚੋ ਅੱਜ ਦੇ ਲਈ ਹਾਂਜੀ ਬਹੁਤ ਹੈ ਜਿਨ੍ਹਾਂ ਨੇ ਹਲੇ ਤੱਕ ਬੁੱਕ ਨਹੀਂ ਪਰਚੇਸ ਕੀਤੀ ਜਬ ਮਹਾਪੈਕ ਤੇ ਸਕੀਮ ਆਈ ਹੋਈ ਹੈ ਮਹਾਪੈਕ ਤੇ ਕਾਫੀ ਪਾਰੀ ਸਕੀਮ ਕਿਹਾ ਗਿਆ ਕਾਫੀ ਪਾਰੀ ਡਿਸਕਾਊਂਟ ਆਇਆ ਹੋਇਆ ਹੈ ਹੈਨਾ ਜਿਨ੍ਹਾਂ ਨੇ ਹਲੇ ਤੱਕ ਆਰਡਰ ਨਹੀਂ ਕੀਤਾ ਮਹਾਪੈਕ ਜਲਦੀ ਲੈ ਲਓ ਬੱਚੋ ਕਿਉਂਕਿ ਲੇਬਰ ਅਸਿਸਟੈਂਟ ਦਾ ਵੀ ਪੇਪਰ ਆ ਗਿਆ ਲੇਬਰ ਅਸਿਸਟੈਂਟ ਦਾ ਵੀ ਪੇਪਰ ਆ ਗਿਆ ਉਹਦੇ ਵੀ ਬੈਚਸ ਸ਼ੁਰੂ ਹੋਣਗੇ ਤਾਂ ਜਿਨ੍ਹਾਂ ਨੇ ਹਲੇ ਤੱਕ ਪਰਚੇਸ ਨਹੀਂ ਕੀਤਾ ਤਾਂ ਜ਼ਰੂਰ ਪਰਚੇਸ ਕਰ ਲਓ ਪੰਜਾਬ ਮਹਾਪੈਕ ਜਿਹੜਾ 2 ਸਾਲ ਲਈ ਬਹੁਤ ਘੱਟ ਪ੍ਰਾਈਸ ਦੇ ਵਿੱਚ ਮਿਲ ਰਿਹਾ ਹੈ ਹੈਨਾ 2 ਸਾਲ ਲਈ ਕਿੰਨੇ ਦਾ ਮਿਲ ਰਿਹਾ ਸਿਰਫ 1760 ਰੁਪਏ ਦਾ ਮਿਲ ਰਿਹਾ ਜਿਹੜਾ 303500 ਰੁਪਏ ਦਾ ਹੁੰਦਾ ਹੈ ਹੈਨਾ 3500 ਰੁਪਏ ਦੇ ਅਰਾਊਂਡ ਹੁੰਦੇ ਹੈ ਦਾ ਡਬਲ ਵੈਲਿਡਿਟੀ 2 ਸਾਲ ਦਾ ਪੰਜਾਬ ਦਾ ਮਹਾਪੈਕ ਮਿਲ ਰਿਹਾ ਹੈ ਕਿੰਨੇ ਦਾ ਪੈਰੇ ਬੱਚੋ ਆਪਣਾ 2 ਸਾਲ ਦੀ ਵੈਲਿਡਿਟੀ 2 ਸਾਲ ਜਿੰਨੇ ਵੀ ਪੇਪਰ ਆਣਗੇ ਸਭ ਦੀ ਕੰਪਲੀਟ ਤਿਆਰੀ ਕਰਾਈ ਜਾਊਗੀ ਕੂਪਨ ਕੋਡ ਕੀ ਲਗਾਣਾ ਤੁਸੀਂ Y7 27 اس کلاب Y727 کوپن کوڈ لگا کے ਤੁਸੀਂ ਕੀ ਕਰ ਸਕਦੇ ਹੋ پنجاب ਦਾ ਮਹਾ ਪੈਕ ਲੈ ਸਕਦੇ ਹੋ ਦੇਖੋ ਇਹਦੇ ਵਿੱਚ ਕੀ ਕੁਝ ਇਨਕਲੂਡਡ ਹੈ ਇਹਦੇ ਵਿੱਚ PDF ਵੀ ਮਿਲਣ ਗਿਆ ਤੁਹਾਨੂੰ ਹੈ ਨਾ PDFਸ ਮਿਲਣ ਗਿਆ ਬਾਰੇ ਬੱਚੋ ਹੈ ਨਾ ਪ੍ਰੋਪਰ ਬੈਚਸ ਮਿਲਣਗੇ ਲਾਈਵ ਬੈਚਸ ਮਿਲਣਗੇ ਪੇਡ کلاسز ਮਿਲਣਗੇ ਲਾਈਵ ਬਿਲਕੁਲ ਲਾਈਵ ਪੇਡ کلاسز ਮਿਲਣ ਗਿਆ ਹੈ ਨਾ ਬਾਕੀ ਬੁక్స్ ਮਿਲਣ ਗਿਆ ਤੁਹਾਨੂੰ ਵੀਡੀਓਜ਼ ਲੈਕਚਰ ਮਿਲਣਗੇ ਹੈਨਾ ਰਿਕਾਰਡਡ ਮਿਲਣਗੇ ਕਈ ਵਾਰ ਤੁਸੀਂ ਨਹੀਂ ਦੇਖ ਪਾਉਂਦੇ ਤੁਸੀਂ ਰਿਕਾਰਡਡ ਲਗਾ ਸਕਦੇ ਹੋ ਤਾਂ 쿠ਪਨ ਕੋਡ ਹਮੇਸ਼ਾ ਯਾਦ ਰੱਖਣਾ ਕਿਡਾ ਲਗਾਣਾ ਤੁਸੀਂ Y727 쿠ਪਨ ਕੋਡ ਲਗਾ ਕੇ ਤੁਸੀਂ ਕੀ ਕਰ ਸਕਦੇ ਹੋ ਪੰਜਾਬ ਦਾ ਮਹਾਪੈਕ ਪਰਚੇਸ ਕਰ ਸਕਦੇ ਹੋ ਜਿਨ੍ਹਾਂ ਨੇ ਹਾਲੇ ਤੱਕ ਮਹਾਪੈਕ ਪਰਚੇਸ ਨਹੀਂ ਨਹੀਂ ਕੀਤਾ ਠੀਕ ਹੈ ਬੱਚੋ ਤਾਂ ਇਹ 2 ਸਾਲ ਦੀ ਵੈਲਿਡਿਟੀ ਦੇ ਨਾਲ ਰਹਾ 2 ਸਾਲ ਜਿੰਨੇ ਵੀ ਪੇਪਰ ਆਣਗੇ ਤਾਂ ਸਭ ਦੀ ਪ੍ਰੈਪਰੇਸ਼ਨ ਕਰਵਾਵਾਂਗੇ ਕਿਉਂਕਿ ਪੰਜਾਬ ਦੇ ਮਹਾਪੈਕ ਦੇ ਵਿੱਚ ਹੈਨਾ ਤਾਂ ਜਲਦੀ ਲਾਲੂ ਜਿਨ੍ਹਾਂ ਨੇ ਮਹਾਪੈਕ ਨਹੀਂ ਲਿਆ ਕੀਵੇਂ ਲਈਏ ਸਰ ਮਹਾਪੈਕ ਬੱਚੇ ਤੁਸੀਂ ਅੱਡਾ 247 ਐਪ ਡਾਊਨਲੋਡ ਕਰ ਲਓ ਹੈਨਾ ਤਾਂ ਉੱਥੇ ਤੁਹਾਨੂੰ 1738 ਰੁਪਏ 1760 ਰੁਪਏ ਦਾ ਮਹਾਪੈਕ ਮਿਲ ਜੂਗਾ adda247 ਐਪ ਡਾਊਨਲੋਡ ਕਰ ਸਟੋਰ ਤੇ ਜਾ ਕੇ ਪੰਜਾਬ ਮਹਾਪੈਕ ਸਰਚ ਕਰ ਲੈਣਾ ਪੰਜਾਬ ਮਹਾਪੈਕ ਸਰਚ ਕਰਕੇ 쿠ਪਨ ਕੋਡ ਹਮੇਸ਼ਾ ਧਿਆਨ ਰੱਖਣਾ दैट इज 9727 쿠ਪਨ ਕੋਡ ਲਗਾ ਕੇ ਪੰਜਾਬ ਦਾ ਮਹਾਪੈਕ ਤੁਸੀਂ ਪਰਚੇਸ ਕਰ ਸਕਦੇ ਹੋ ਤੇ ਨਾਲ ਕੁਆਇਨਸ ਜ਼ਰੂਰ ਯੂਜ਼ ਕਰ ਲੈਣਾ 1760 ਰੁਪਏ ਚ ਤੁਹਾਨੂੰ ਪੰਜਾਬ ਦਾ ਮਹਾਪੈਕ ਮਿਲ ਜੂਗਾ 2 ਸਾਲ ਲਈ ਤੇ ਇਹ ਚ ਲੇਬਰ ਅਸਿਸਟੈਂਟ ਵੀ ਵੀਡੀਓ ਪਟਵਾਰੀ ਸਾਰਿਆਂ ਦੇ ਬੈਚ ਮਿਲ ਜਣਗੇ ਰਿਕਾਰਡਡ ਬੈਚ ਵੀ ਪਏ ਆ ਤੇ ਲਾਈਵ ਬੈਚ ਵੀ ਮਿਲ ਜਣਗੇ ਜਿਹੜੇ ਅੱਗੇ ਲਾਈਵ ਬੈਚ ਸ਼ੁਰੂ ਹੋਣੇ ਲਾਈਵ ਕਲਾਸਿਸ ਉਹ ਵੀ ਤੁਹਾਨੂੰ ਮਿਲ ਜਣੀ ਹੈ ਕਿ ਨੀਚੇ only in 22727 coupon code ਲਗਾ ਕੇ 2 ਸਾਲ 1760 ਰੁਪਏ ਚ ਠੀਕ ਆ ਬੱਚੋ ਤੇ ਜਿਨ੍ਹਾਂ ਨੇ ਹਾਲ ਤੱਕ ਡਿਜੀਟਲ ਗੁਰੂ ਬੁੱਕ ਨਹੀਂ ਲਈ ਕੀ ਸੋਚ ਰਹੇ ਹੋ ਵੀ ਸਰਕਾਰ ਇਹ ਦੇ ਕੇ ਜਾਣਗੇ ਤੁਸੀਂ ਐਂ ਸੋਚ ਰਹੇ ਹੋ ਵੀ ਜਾਂ ਮਹਿੰਗੀ ਐ ਹੈਨਾ ਬਹੁਤ ਸਸਤੀ ਬੁੱਕ ਐ ਯਾਰ ਕੀ ਆਂਦੇ ਅੱਜ ਹੈਨਾ ਕੀ ਆਂਦੇ ਬਿਲਕੁਲ ਸਿਰਫ 100 ਹੁੰਦਾ ਡਿਸਕਾਊਂਟ ਵੀ ਆ ਰਿਹਾ ਡਿਜੀਟਲ ਗੁਰੂ ਤੇ ਪ੍ਰਾਈਸ ਵੀ ਘਟ ਹੋ ਰਿਹਾ ਡਿਜੀਟਲ ਗੁਰੂ ਦਾ ਹੈਨਾ ਤਾਂ ਦੇਖੋ ਆਪਣੇ ਦਿੱਲੀ ਟ੍ਰੇਡ ਫੇਅਰ ਦੇ ਵਿੱਚ ਵੀ ਆਪਣੀ ਬੁੱਕ ਬਹੁਤ ਲੋਕਾਂ ਨੇ ਪਰਚੇਸ ਕੀਤੀ ਐ ਡਿਜੀਟਲ ਗੁਰੂ ਹੈਨਾ ਡਿਜੀਟਲ ਗੁਰੂ ਸਿਰਫ 154 ਰੁਪਏ ਦੀ ਬੁੱਕ ਐ ਕਿੰਨੇ ਦੀ ਐ ਸਿਰਫ 154 ਰੁਪਏ ਦੀ ਬੁੱਕ ਐ ਹੈਨਾ ਤਾਂ ਜਿਨ੍ਹਾਂ ਨੇ ਨਹੀਂ ਲਈ ਜਰੂਰ ਲੈ ਲਓ ਬੁੱਕ ਲੈਣ ਲਈ ਵੀ ਤੁਸੀਂ ਕੋਡ ਕੀ ਲਾਣਾ ਪਊਗਾ Y72 ਐਸ ਕੂਪਨ ਕੋਡ ਲਗਾਣਾ ਪਊਗਾ ਇਹਦੇ ਵਿੱਚ ਪੰਜਾਬੀ ਤੇ ਇੰਗਲਿਸ਼ ਮੀਡੀਅਮ ਚ ਕੰਟੈਂਟ ਹੈ ਹੈਨਾ ਬਿਲਕੁਲ ਪੰਜਾਬੀ ਤੇ ਇੰਗਲਿਸ਼ ਮੀਡੀਅਮ ਦੇ ਵਿੱਚ ਕੀ ਹੈ ਕੰਟੈਂਟ ਹੈ ਤੇ ਪੀਡੀਐਫ ਮਿਲਣਗੇ ਪੀਡੀਐਫ ਵੀ ਮਿਲੂਗੀ ਇਹਦੀ ਹੈਨਾ ਤੇ ਹਾਰਡ ਕਾਪੀ ਤੁਹਾਡੇ ਘਰੇ ਆਊਗੀ 하드 카피 ਤੁਹਾਡੇ ਘਰੇ ਆਉਗੀ ਤਾਂ ਸਿਰਫ 148 ਰੁਪਏ ਦੀ ਮਿਲ ਰਹੀ ਹੈ ਇਸ ਟਾਈਮ ਕਿੰਨੇ ਦੀ ਮਿਲ ਰਹੀ ਹੈ 148 ਰੁਪਏ ਦੀ ਮਿਲ ਰਹੀ ਹੈ ਬੁੱਕ ਤੇ ਵੀ ਕਾਫੀ ਡਿਸਕਾਊਂਟ ਆਇਆ ਹੋਇਆ ਹੈ ਜਿਨ੍ਹਾਂ ਨੇ ਨਹੀਂ ਲਈ ਬੁੱਕ ਜਲਦੀ ਬੁੱਕ ਲੈ ਲਵੋ ਹੈਨਾ ਜਿਨ੍ਹਾਂ ਨੇ ਨਹੀਂ ਲਈ ਬੁੱਕ ਜਲਦੀ ਬੁੱਕ ਲੈ ਲਓ 148 ਰੁਪਏ ਦੀ ਪੀਡੀਐਫ ਹਾਰਡ ਕਾਪੀ एवरीथिंग ਤੁਹਾਡੇ ਘਰੇ ਆਉਗੀ ਤੇ ਪੇਡ ਬੈਚ ਵੀ ਫ੍ਰੀ ਹੈ ਪੇਡ ਬੈਚ ਵੀ ਕੀ ਹੈ ਪਿਆਰੇ ਬੱਚੋ ਫ੍ਰੀ ਹੈ ਬੁੱਕ ਦੇ ਨਾਲ ਕਿਸੇ ਦਾ ਕੋਈ ਡਾਊਟ ਹੈ ਬੱਚੋ ਤਾਂ ਦੋਨਾਂ ਆਹ ਮਹਾਪੈਕ ਬਾਰੇ ਬੁੱਕ ਬਾਰੇ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਅ ਬੱਚੇ ਪੂਜਾ ਮੋਰਿਆ ਜੀ ਦੋਨੇ অপਸ਼ਨ ਨਹੀਂ ਆਂਦੀ ਆ ਹੈ ਨਾ ਦੋਨੇ অপਸ਼ਨ ਨਹੀਂ ਆਂਦੀ ਆ ਤਾਂ ਬੋਥ ਏਜੈਂਟ ਵੀ ਲਿਖਿਆ ਹੋਊਗਾ ਕਿਉਂਕਿ ਦੋਨੇ ਵਾਇਰਲੈਸ ਕਮਿਊਨੀਕੇਸ਼ਨ ਹੈ ਦੋਨੋਂ ਬੱਚੋ ਵਾਇਰਲੈਸ ਕਮਿਊਨੀਕੇਸ਼ਨ ਹੈ परमिंदर कौर जी कूपन कोड लगाना ना भूलना बचे वाई सैवन टू सैवन कूपन कोड लगा परमिंदर कौर जी वाई सैवन टू सैवन कूपन कोड लगा के बचो पंजाब महापैक तो सकते हो ऑफर है बसंत पंचमी करके ऑफर से अज अजली ऑफर है जिन्हें ने नहीं परचेज़ किया जल्दी परचेज कर लो फिर ना क्या कि सर सा हैगी कि अगर असी परचेज करना सी महंगा हो गया है ना ਪੂਜਾ ਮੋਰਿਆ ਜੀ ਮੈਨੂੰ ਫੋਟੋ ਭੇਜਿਓ ਮੈਂ ਚੈੱਕ ਕਰ ਲੂੰਗਾ ਪੂਜਾ ਮੋਰਿਆ ਜੀ ਫੋਟੋ ਭੇਜਿਓ ਮੈਂ ਚੈੱਕ ਕਰ ਲੂੰਗਾ ਬੱਚੇ ਚਲੋ ਹਾਂ ਜੀ ਤਾਂ ਕਿਸੇ ਦਾ ਕੋਈ ਡਾਊਟ ਹੈ ਕੁਐਰੀ ਹੈ ਤੁਸੀਂ ਪੁੱਛ ਸਕਦੇ ਹੋ ਫਿਰ ਆਪਾਂ ਕਲਾਸ ਐਂਡ ਕਰਾਂਗੇ हाँ जी बाय बाय बच्चों थैंक यू गॉड ब्लेस यू तो का कोई सवाल है बच्चों पूछ सकते हो दिलप्रीत कौर जी थैंक यू बच्चे दिल